ਪਗ ਪੰਕਜ ਬੰਦਨ ਸਿਮਰੋ ਅੰਗਦ ਦੋਖ ਨੇ ਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਗੁਰ ਹਿਰਦੈ ਧਿਆਵੋ ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ ਸ਼੍ਰੀ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ ਸ਼੍ਰੀ ਹਰਿ ਗੋਬਿੰਦ ਸ਼ੋਭ ਸੁਮਤ ਪ੍ਰਕਾਸ਼ਕ ਸ਼੍ਰੀ ਹਰ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰ ਕ੍ਰਿਸ਼ਨ ਮਨਾਏ ਬਹੋਰੀ ਗੁਰੂ ਤੇਗ ਬਹਾਦਰ ਪਰਮ ਕੇਰਪਾਲਾ ਪਰਮ ਕੇਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਇਸ ਮਹ ਅਮਰਤ ਗਿਆਨ ਹੈ ਮਾਨਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰਿ ਅਨੁraag ਏਕੰਕਾਰ ਸਤਗੁਰੂ ਤਿਹ ਪ੍ਰਸਾਦ ਸਤ ਹੋਏ ਵਾਹਿਗੁਰੂ ਜੀ ਕੀ ਫਤਹਿ ਬਿਗਨ ਬਿਨਾਸ਼ਨ ਸੋਏ ਏਕੰਕਾਰ ਸਤਗੁਰੂ ਤੇਹ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾਸ਼ਨ ਹੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਰਾਜ ਮਹਿਲ ਪੁਨ ਪਹੁੰਚੇ ਜਾਏ ਗਨ ਉਮਰਾਵ ਸੰਗ ਹਰਖਾਏ ਕਿਤਕ ਚੜੇ ਮਤੰਗਨ ਆਵਤ ਕੋ शिव ਕਾ ਪਰ ਥਿਤ ਸੁਖ ਪਾਵਤ ਰਾਜ ਮਹਿਲ ਪੁਨ ਪਹੁੰਚੇ ਜਾਏ ਸੱਚੇ ਪਾਤਸ਼ਾਹ ਗਰੀਬ ਨਿਵਾਜ ਅੰਤਰਜਾਮੀ ਦੀਨ ਦੁਨੀਆ ਦੇ ਮਾਲਕ ਚਵਰ ਸ਼ਤਰ ਤਖਤ ਦੇ ਮਾਲਕ ਸਮਰੱਥ ਗੁਰੂ ਪਰਤਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਿਆਮੀ ਪੂਰਨ ਪਰਬ੍ਰह्म ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦੇ ਸਰਗੁਣ ਸਰੂਪ ਦਸਾਂ ਗਰੀਬਾਂ ਸਿੱਖਾਂ ਸੇਵਕਾਂ ਸਾਡੇ ਸਾਰਿਆਂ ਦੀ ਇੱਜ਼ਤ ਰੱਖਣ ਵਾਲੇ ਪਤ ਰੱਖਣ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਬਖਸ਼ਿਸ਼ਾਂ ਕਰਨ ਵਾਲੇ ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਸੁਭਾਏ ਮਾਨ ਗੁਰੂ ਜੀ ਦੀ ਪਿਆਰੀ ਸਾਜੀ ਨਵਾਜੀ ਸੰਗਤ ਜੀ ਆਪ ਜੀ ਬੜੇ ਹੀ ਪਿਆਰ ਨਾਲ ਗਰੀਬ ਨਿਵਾਜ ਸਾਹਿਬ ਜੀ ਦੇ ਪਵਿੱਤਰ ਦਰਸ਼ਨ ਕਰ ਰਹੇ ਹੋ ਗੁਰਬਾਣੀ ਜੀ ਦਾ ਕੀਰਤਨ ਰਾਗੀ ਸਿੰਘਾਂ ਦੇ ਕੋਲੋਂ ਆਪ ਜੀ ਨੇ ਸਰਵਣ ਕੀਤਾ ਹੈ ਆਓ ਕੁਝ ਸਮਾਂ ਗੁਰੂ ਸਾਹਿਬ ਜੀ ਦੀ ਪਵਿੱਤਰ ਕਥਾ ਆਪਾਂ ਨੇ ਸਰਵਣ ਕਰਨੀ ਹੈ ਦੋਵੇਂ ਹੱਥ ਜੋੜ ਕੇ ਅਦਬ ਸਤਕਾਰ ਸਹਿਤ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਥਾ ਆਪ ਜੀ ਸੰਗਤਾਂ ਬੜੇ ਹੀ ਪਿਆਰ ਨਾਲ ਸਰਵਣ ਕਰਦੇ ਹੋ ਰਸਨਾ ਨੂੰ ਕਰੀਏ ਪਵਿੱਤਰ ਗੱਜ ਕੇ ਕਹੀਏ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਪਟਨਾ ਸਾਹਿਬ ਜੀ ਦੀ ਧਰਤੀ ਦੇ ਉੱਤੇ ਰਾਜਾ ਬਿਸ਼ਨ ਸਿੰਘ ਮਹਾਰਾਜ ਜੀ ਦੇ ਚਰਨਾਂ ਵਿੱਚ ਪਹੁੰਚਦਾ ਹੈ ਗੁਰੂ ਸਾਹਿਬ ਜੀ ਦੀ ਮਿਹਰ ਹੈ ਕਿਰਪਾ ਹੈ ਜਦੋਂ ਆਪਾਂ ਬਾਣੀ ਪੜੀਏ ਮਹਾਰਾਜ ਬਾਣੀ ਵਿੱਚ ਬੜੇਸ਼ ਬੰਦੇ ਦੇ ਸ਼ੰਕਿਆਂ ਦਾ ਉੱਤਰ ਦਿੰਦੇ ਹਨ ਰਖੇ ਰਖਣਹਾਰ ਆਪ ਉਬਾਰੇਨ ਗੁਰ ਕੀ ਪੈਰੀ ਪਾਏ ਕਾਜ ਸਵਾਰੇਨ ਕਾਜ ਸਵਾਰੇਨ ਜਿਹੜਾ ਵਿਅਕਤੀ ਗੁਰੂ ਜੀ ਦੇ ਪੈਰੀਂ ਪੈ ਜਾਂਦਾ ਨਾ ਜੀ ਆ ਕੇ ਉਹਦੇ ਸਾਰੇ ਕੰਮ ਜਿਹੜੇ ਨੇ ਉਹ ਸਬਰ ਜਾਂਦੇ ਹਨ ਰੋਜ਼ ਤੇ ਆਪਾਂ ਰਹਿ ਰਹਿ ਸਬ ਚ ਪੜਦੇ ਹਾਂ ਰਖੇ ਰੱਖਣ ਹਾਰ ਆਪ ਉਬਾਰਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਆਨ ਰਾਜਾ ਬਿਸ਼ਨ ਸਿੰਘ ਨੂੰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਉਂਦਿਆਂ ਹੀ ਕਹਿ ਦਿੱਤਾ ਵੀ ਤੇਰੀ ਕਾਬਰੂ ਦੇਸ਼ ਵਿੱਚ ਜਿੱਤ ਹੋਵੇਗੀ ਬਹੁਤ ਸਾਰੇ ਬਚਨ ਗੁਰੂ ਜੀ ਨੇ ਕੀਤੇ ਬਖਸ਼ਿਸ਼ਾਂ ਕੀਤੀਆਂ ਰਾਜੇ ਨੇ ਮਹਾਰਾਜ ਨੂੰ ਬੇਨਤੀ ਕੀਤੀ ਸੱਚੇ ਪਾਤਸ਼ਾਹ ਆਪ ਜੀ ਕਿਰਪਾ ਕਰੋ ਤੇ ਮੇਰੇ ਨਾਲ ਹੀ ਚੱਲੋ ਮਹਾਰਾਜ ਮਰ ਮੇਰੇ ਨਾਲ ਚੱਲ ਕੇ ਤੇ ਆਪ ਕਿਰਪਾ ਕਰਕੇ ਬਖਸ਼ਿਸ਼ ਕਰਕੇ ਤੇ ਸਤਿਗੁਰੂ ਜੀ ਮੇਰੇ ਨਾਲ ਹੋ ਕੇ ਮੇਰੀ ਸਹਾਇਤਾ ਕਰੋ ਗੁਰੂ ਜੀ ਮਹਾਰਾਜ ਨੇ ਕਿਹਾ ਵੀ ਭਾਈ ਠੀਕ ਹੈ ਬڑا ਮਹਾਰਾਜ ਨੇ ਉਹਨੂੰ ਕਿਹਾ ਵੀ ਹੁਣ ਭਰੋਸਾ ਰੱਖੀਂ ਭਰੋਸਾ ਨਾ ਡੋਲਣ ਦਵੀਂ ਉਹਨੇ ਕਿਹਾ ਮਹਾਰਾਜ ਠੀਕ ਐ ਮੈਨੂੰ ਕਹਿੰਦਾ ਪਹਿਲਾਂ ਹੀ ਤੁਹਾਡੇ ਤੇ ਬਹੁਤ ਭਰੋਸਾ ਹੈ ਮੈਂ ਤੁਹਾਡਾ ਜਸ ਬੜਾ ਸੁਣਿਆ ਗੁਰੂ ਜੀ ਮੈਂ ਤੁਹਾਡੀ ਵਡਿਆਈ ਬੜੀ ਸੁਣੀ ਹੈ ਸੋ ਪਰਿਵਾਰ ਨੂੰ ਮਿਲ ਕੇ ਗੁਰੂ ਜੀ ਨੇ ਰਾਜੇ ਵਿਸ਼ਨ ਸਿੰਘ ਦੇ ਨਾਲ ਬੰਗਾਲ ਵਾਲੇ ਪਾਸੇ ਨੂੰ ਰੁਖ ਕੀਤਾ ਰਾਜੇ ਬਿਸ਼ਨ ਸਿੰਘ ਨੇ ਸਤਿਗੁਰੂ ਜੀ ਦੇ ਕਹਿਣ ਦੇ ਉੱਤੇ ਬਹੁਤ ਵੱਡੀ ਗਿਣਤੀ ਵਿੱਚ ਕੜਾ ਪ੍ਰਸ਼ਾਦ ਤਿਆਰ ਕਰਵਾਇਆ ਜਿਆਦਾ ਵੱਡੀ ਮਾਤਰਾ ਵਿੱਚ ਤੇ ਕੜਾ ਪ੍ਰਸ਼ਾਦ ਸੰਗਤਾਂ ਦੇ ਵਿੱਚ ਵਰਤਵਾਇਆ ਜੀ ਕਿਉਂਕਿ ਕੜਾ ਪ੍ਰਸ਼ਾਦ ਬਾਰੇ ਵੀ ਇਹ ਹੈ ਵੀ ਅੜਿਆ ਹੋਇਆ ਕੰਮ ਹੋਵੇ ਕੜਾ ਪ੍ਰਸ਼ਾਦ ਦੀ ਦੇਖ ਕਰਾ ਕੇ ਅਰਦਾਸ ਕਰੀਏ ਗੁਰੂ ਜੀ ਦੀ ਕਿਰਪਾ ਵਰਤ ਜਾਂਦੀ ਹੈ ਬਖਸ਼ਿਸ਼ ਵਰਤ ਜਾਂਦੀ ਹੈ ਸੋ ਗਰੀਬ ਨਵਾਜ਼ ਸੱਚੇ ਪਾਤਸ਼ਾਹ ਅੰਤਰਜਾਮੀ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਪਟਨਾ ਸਾਹਿਬ ਤੋਂ ਚੱਲੇ ਨੇ ਚਲਦੇ ਆ ਚਲਦੇ ਆ ਇੱਕ ਇਲਾਕਾ ਆਇਆ ਹੈ ਜਿਸ ਇਲਾਕੇ ਦਾ ਨਾਮ ਹੈ ਮੁੰਗੇਰ ਮੁੰਗੇਰ ਵਿੱਚ ਸੱਚੇ ਪਾਤਸ਼ਾਹ ਜੀ ਉਤਰੇ ਬਹੁਤ ਸਾਰੀਆਂ ਸੰਗਤਾਂ ਨੇ ਚਾਹ ਕੀਤਾ ਪਹਿਲਾਂ ਹੀ ਗੁਰੂ ਦੇ ਸਿੱਖ ਸਨ ਕਿਸੇ ਨੇ ਕੁਝ ਭੇਟਾ ਕੀਤਾ ਕਿਸੇ ਨੇ ਕੁਝ ਭੇਟਾ ਕੀਤਾ ਬਹੁਤ ਸਾਰੀਆਂ ਸੰਗਤਾਂ ਨੇ ਮਹਾਰਾਜ ਜੀ ਦੇ ਚਰਨਾਂ ਵਿੱਚੋਂ ਖੁਸ਼ੀਆਂ ਪ੍ਰਾਪਤ ਕੀਤੀਆਂ ਜੀ ਚਲਦੇ ਆਂ ਚਲਦੇ ਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਰਾਜ ਮਹਿਲ ਪਹੁੰਚੇ ਹਨ ਹੁਣ ਰਾਜ ਮਹਿਲ ਦਾ ਪ੍ਰਸੰਗ ਆਪ ਜੀ ਨੇ ਸਰਵਣ ਕਰਨਾ ਹੈ ਸਾਰੀਆਂ ਸੰਗਤਾਂ ਗੁਰੂ ਜੀ ਦੇ ਚਰਨਾਂ ਦਾ ਧਿਆਨ ਤਰਿ ਗਏ ਪਿਆਰ ਨਾਲ ਸਾਰੇ ਕਹੋ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਧਰਸੇਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਾਰੀ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਰਾਜ ਮਹਿਲ ਪੁਨ ਪਹੁੰਚੇ ਜਾਏ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਜਿੱਥੇ ਪਹੁੰਚੇ ਹਨ ਉਸ ਇਲਾਕੇ ਦਾ ਨਾਮ ਹੈ ਰਾਜ ਮਹਿਲ ਹਾਂਜੀ ਗਨ ਉਮਰਾਵ ਸੰਗ ਹਰ ਖਾਏ ਗੁਰੂ ਸਾਹਿਬ ਜੀ ਦੇ ਨਾਲ ਰਾਜਾ ਤੇ ਰਾਜੇ ਦੇ ਨਾਲ ਫੌਜਾਂ ਨੇ ਵਜ਼ੀਰ ਨੇ ਸਿਪਾਈ ਨੇ ਕੀਤਕ ਚੜੇ ਮਤੰਗਨ ਆਵਤ ਤੇ ਕਈ ਤਾਂ ਹਾਥੀਆਂ ਦੇ ਉੱਤੇ ਆ ਰਹੇ ਸੀਗੇ ਜੀ ਹਾਂਜੀ ਕੋ ਸਿਵਕਾ ਪਰ ਫਿਰ ਸੁਖ ਪਾਵਤ ਕਈ ਪਾਲਕੀਆਂ ਦੇ ਵਿੱਚ ਭੜੇ ਆਨੰਦ ਦੇ ਨਾਲ ਆ ਰਹੀ ਸੀ ਅਮੀਰ ਵਜ਼ੀਰ ਜਿਹੜੇ ਸੀ ਜੀ ਹਾਂਜੀ ਕੀਤਕ ਚਲਕ ਤੁਰੰਗ ਨਚਾਵਤ ਕਈ ਘੋੜਿਆਂ ਦੇ ਉੱਤੇ ਸੀਗੇ ਜੀ ਤੇ ਘੋੜਿਆਂ ਨੂੰ ਨਾ ਜੀ ਨਚਾਉਂਦੇ ਹੋਏ ਲੈ ਕੇ ਜਾ ਰਹੇ ਸੀਗੇ ਹਾਂਜੀ ਸ਼ਾਸਤਰ ਵਸਤਰ ਸ਼ੁਭ ਪਹਿਰ ਸੁਹਾਵਤ ਬੜੇ ਐਨ ਫੌਜਾਂ ਨੇ ਰਾਜੇ ਨੇ ਵਜ਼ੀਰਾਂ ਨੇ ਬੜੇ ਸੋਹਣੇ ਬਸਤਰ ਪਾਏ ਤੇ ਬੜੇ ਬੜੇ ਕੀਮਤੀ ਸ਼ਸਤਰ ਵੀ ਸਜਾਏ ਹੋਏ ਨੇ ਜੀ ਹਾਂ ਜੀ ਤੰਬੂ ਤਹ ਪਹੁੰਚ ਲਗਵਾਏ ਫਿਰ ਸੱਚੇ ਪਾਤਸ਼ਾਹ ਮਹਾਰਾਜ ਨੇ ਰਾਜ ਮਹਿਲ ਪਿੰਡ ਦੇ ਬਾਹਰ-ਬਾਰ ਨਗਰ ਸੀਗਾ ਜੀ ਬੜਾ ਵੱਡਾ ਬਾਹਰ-ਬਾਰ ਤੰਬੂ ਲਵਾਏ ਸੱਚੇ ਪਾਤਸ਼ਾਹ ਜੀ ਨੇ ਤੇਰੇ ਮਹਿ ਗੁਰ ਬਸੇ ਸੁਹਾਏ ਤੇ ਧੰਨ ਸੱਚੇ ਪਾਤਸ਼ਾਹ ਗਰੀਬ ਨਿਵਾਜ ਸਤਿਗੁਰੂ ਜੀ ਮਹਾਰਾਜ ਉਸ ਤੰਬੂ ਦੇ ਵਿੱਚ ਸੱਜ ਗਏ। ਹਾਂਜੀ। ਨਹੀਂ ਨਗਰ ਮਹਿ ਪ੍ਰਿਸ਼ੇ ਜਾਏ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨਗਰ ਦੇ ਅੰਦਰ ਨਹੀਂ ਗਏ। ਮਤਲਬ ਰਾਜ ਮਹਿਲ ਨਗਰ ਦੇ ਬਾਹਰ ਵਾਰੀ ਸੱਚੇ ਪਾਤਸ਼ਾਹ ਜੀ ਰਹੇ। ਸੁੰਨ ਸੰਗਤ ਤਹ ਕੀ ਸਮੁੰਦਾਏ। ਤੇ ਸੰਗਤ ਉਸ ਇਲਾਕੇ ਦੀ ਜਿਹੜੀ ਸੀਗੀ ਉਹਨਾਂ ਨੂੰ ਪਤਾ ਤੇ ਲੱਗ ਗਿਆ ਵੀ ਗੁਰੂ ਜੀ ਆਏ ਨੇ। ਪੇਟ ਇਕੱਤਰ ਕਰਨ ਕੋ ਲਾਗੇ ਨਹਿ ਪਹੁੰਚੇ ਢਿਗ ਕਰ ਅਨੁਰਾਗੇ ਪੇਟਾਂ ਵਾਂ ਤੇ ਇਕੱਠੀਆਂ ਕਰਨ ਲੱਗ ਪਏ ਵੀ ਗੁਰੂ ਜੀ ਨੂੰ ਪੇਟ ਕਰਨੀਆਂ ਪਰ ਕਰਮਾਂ ਦੇ ਖੇੜ ਗੁਰੂ ਜੀ ਦੇ ਕੋਲ ਪਹੁੰਚੇ ਹੀ ਨਹੀਂ ਜੀ ਮਹਾਰਾਜ ਉਹਨਾਂ ਦੇ ਪਿੰਡ ਦੇ ਬਾਹਰ ਬੈਠੇ ਨੇ ਪਰ ਉਹ ਸਤਿਗੁਰੂ ਜੀ ਦੇ ਕੋਲ ਪਹੁੰਚਿਆ ਹੀ ਨਹੀਂ ਫੋਜਾ ਜੀ ਕਰ ਹੈ ਸੋ ਤਿਆਰੀ ਐਬੋ ਜਾਵਦ ਮਤਲਬ ਉਹ ਆਉਣ ਜਾਣ ਦੀ ਤਿਆਰੀ ਤੇ ਕਰਦੇ ਆ ਪਰ ਕਈ ਬੰਦੇ ਤਿਆਰੀ ਕਰਦੇ ਹੀ ਰਹਿ ਜਾਂਦੇ ਨੇ ਆਖੋ ਵਾਹਿਗੁਰੂ ਵਾਹਿਗੁਰੂ ਆਲਸੀ ਹੁੰਦੇ ਆਲਸੀ ਛੋੜੇ ਜੀ ਜਾਣਦੇ ਆ ਕੋਈ ਨਹੀਂ ਘੜੀ ਨੂੰ ਜਾਣਦੇ ਆ ਥੋੜੇ ਜੀ ਹੋਰ ਠਹਿਰ ਕੇ ਚੱਲ ਜਾਂਦੇ ਕੋਈ ਨਹੀਂ ਮਹਾਰਾਜ ਬੈਠਾ ਹੀ ਆ ਚਲੇ ਜਾਵਾਂਗੇ ਮਤਲਬ ਉਹ ਆਲਸ ਕਰਕੇ ਤਿਆਰੀ ਤੇ ਕਰਦੇ ਰਹਿੰਦੇ ਆ ਪਰ ਸਮਾਂ ਹੱਥੋਂ ਲੰਘ ਜਾਂਦਾ ਤੇ ਵਿਚਾਰੇ ਤਿਆਰੀ ਕਰਦੇ ਹੀ ਰਹਿ ਜਾਂਦੇ ਆ ਹਾਂਜੀ ਗੰਬ ਨੇ ਆਕੇ ਸਤਗੁਰਤਾ ਵਦ ਉਹਨਾਂ ਚਿਰ ਨੂੰ ਸੱਚੇ ਪਾਸ਼ਾ ਅੱਗੇ ਪਹੁੰਚ ਗਏ ਆਖ ਵਾਹਿਗੁਰੂ ਵਾਹਿਗੁਰੂ ਹਾਂਜੀ ਪੇਟਾ ਮਾਂ ਵੀ ਲਈਆਂ ਪਰ ਕਰਮ ਨਹੀਂ ਸੀ ਚੰਗੇ ਸਾਧ ਸੰਗਤ ਜੀ ਉਹ ਵਿਚਾਰੇ ਪਹੁੰਚ ਹੀ ਨਹੀਂ ਸਕੇ ਮਹਾਰਾ ਦੇ ਚਰਨਾਂ ਤੇ ਵਿਚਾਰਾ ਹੀ ਨੇ ਹੋਰੋ ਕੀ ਆਗੇ ਜੀ ਨਹ ਪ੍ਰੇਮੀ ਸਿੱਖ ਤਹਾਂ ਨਿਹਾਰੇ ਗੁਰੂ ਜੀ ਨੇ ਦੇਖਿਆ ਮਹਾਰਾਜ ਨੇ ਕਿਹਾ ਵੀ ਇਸ ਨਗਰ ਚ ਕੋਈ ਪ੍ਰੇਮੀ ਸਿੱਖ ਨਹੀਂ ਹੈਗਾ ਬਿਨਾ ਮਿਲੇ ਗੁਰ ਅਕਰ ਸਿਧਾਰੇ ਕੋਈ ਮਿਲਿਆ ਹੀ ਨਹੀਂ ਬਿਨਾ ਗੁਰੂ ਜੀ ਨੂੰ ਮਿਲੇ ਕੋਈ ਨਹੀਂ ਆਇਆ ਤੇ ਸੱਚੇ ਪਾਤਸ਼ਾਹ ਕਿਸ ਨੂੰ ਬਿਨਾ ਮਿਲੇ ਹੀ ਅੱਗੇ ਚਲੇ ਗਏ ਜੀ ਵੇਖੋ ਰੱਬ ਆਇਆ ਨਗਰ ਵਿੱਚ ਚਲਦਾ ਫਿਰਦਾ ਰੱਬ ਧਰਤੀ ਤੇ ਆਇਆ ਪਰਮੇਸ਼ਰ ਧਰਤੀ ਤੇ ਆਇਆ ਔਰ ਉਹਨਾਂ ਦੇ ਨਗਰ ਦੇ ਬਾਹਰ ਆਇਆ ਪਰ ਪਾਗਾ ਤੋਂ ਹੀਨੇ ਬੰਦੇ ਗੁਰੂ ਜੀ ਦੇ ਦਰਸ਼ਨ ਨਹੀਂ ਕਰ ਸਕੇ ਜੀ ਹੁਣ ਤੁਸੀਂ ਸ਼ੁਕਰ ਕਰਿਆ ਕਰੋ ਰੱਬ ਦਾ ਗੱਜ ਕੇ ਆਖੋ ਵਾਹਿਗੁਰੂ ਇਸ ਇਲਾਕੇ ਦੇ ਵਿੱਚ ਬੜੇ ਲੋਕ ਰਹਿੰਦੇ ਆ ਕਿੰਨੀ ਸੰਘਣੀ ਆਬਾਦੀ ਵਾਲਾ ਆਪਣਾ ਇਲਾਕਾ ਜੀ ਹਾਂਜੀ ਮਤਲਬ ਬੰਦਾ ਐਂਟਰ ਹੋ ਜੇ ਤੇ ਗਵਾਚ ਹੀ ਜਾਵੇ ਜੀ ਜਿਹਨੂੰ ਨਹੀਂ ਪਤਾ ਜੀ ਪਰ ਤੁਸੀਂ ਦੱਸੋ ਵੀ ਸਾਰਿਆਂ ਦੀ ਕਿਸਮਤ ਵਿੱਚ ਹੈਗਾ ਜੀ ਗੁਰੂ ਜੀ ਦੇ ਚਰਨਾਂ ਚ ਜਵਣਾ ਨਹੀਂ ਹੈਗਾ ਸਾਰੇ ਨਹੀਂ ਆਉਂਦੇ ਥੋੜਿਆਂ ਤੇ ਹੀ ਹੈ ਨਾ ਕਿਰਪਾ ਕੋਈ ਵੀ ਬੰਦਾ ਪਹੁੰਚਿਆ ਹੀ ਨਹੀਂ ਜੀ ਰੱਬ ਧਰਤੀ ਤੇ ਆਇਆ ਫਾਇਦਾ ਨਹੀਂ ਲਿਆ ਜੀ ਉਹਨਾਂ ਨੇ ਹਾਂ ਪਿੱਛੇ ਪਛਤਾਵਤ ਸੋ ਰਹੇ ਜਦੋਂ ਮਹਾਰਾਜ ਅੱਗੇ ਲੰਘ ਕੇ ਨਾ ਜੀ ਮੋੜੋ ਬੜਾ ਪਛਤਾਏ ਵੀ ਲਓ ਅਹੀਂ ਤੇ ਗੁਰੂ ਜੀ ਨੂੰ ਮਿਲੇ ਹੀ ਨਹੀਂ ਸੱਚੇ ਪਾਤਸ਼ਾਹ ਨੂੰ ਮੋਢਨ ਨਹੀਂ ਮਹਾਤਮ ਲਹੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਉਹ ਮੂਰਖ ਨੇ ਮੂਰਖਾਂ ਨੇ ਗੁਰੂ ਜੀ ਦਾ ਮਹਾਤਮ ਜਾਣਿਆ ਹੀ ਨਹੀਂ ਆਖੋ ਵਾਹਿਗੁਰੂ ਵਾਹਿਗੁਰੂ ਬੇ ਗੁਰੂ ਜੀ ਕਿੰਨੇ ਵੱਡੇ ਹਨ ਗੁਰੂ ਜੀ ਦੇ ਕੋਲ ਸਾਨੂੰ ਆਉਣਾ ਚਾਹੀਦਾ ਸੀ ਨਹੀਂ ਪਤਾ ਹੀ ਨਹੀਂ ਲੱਗਾ ਕਈ ਬੰਦੇ ਬਾਅਦੋਂ ਹੀ ਪਛਤਾਉਂਦੇ ਆ ਪਹਿਲਾਂ ਨਹੀਂ ਉਹਨਾਂ ਨੂੰ ਪਤਾ ਲੱਗਦਾ ਬਾਅਦੋਂ ਪਛਤਾਉਂਦੇ ਰਹਿੰਦੇ ਆ ਪੂਰਬ ਜਿਨਹੋ ਨਾ ਭਾਗ ਉਦੋਤੇ ਤਿੰਨ ਕੀ ਦਸ਼ਾ ਇਸੀ ਬਿਦ ਹੋਤੇ ਆ ਭਾਈ ਸੰਤੋਖ ਸਿੰਘ ਜੀ ਕਹਿੰਦੇ ਆ ਕਥਾ ਸੁਣਨ ਵਾਲੀ ਉਹ ਸੰਗਤੋ ਜਿਨ੍ਹਾਂ ਦੇ ਕਰਮ ਨਹੀਂ ਨ ਜਾਗਦੇ ਉਹਨਾਂ ਦੀ ਦਸ਼ਾ ਇਸ ਤਰ੍ਹਾਂ ਦੀ ਹੁੰਦੀ ਹੈ ਪੂਰਬਲੇ ਭਾਗ ਨਹੀਂ ਜਾਗਦੇ ਪੂਰਬਲੇ ਭਾਗ ਜਾਗਣੇ ਸੰਗਤ ਟੀ ਬੜੇ ਜ਼ਰੂਰੀ ਨੇ ਚੇਤਾ ਰੱਖਿਓ ਇੱਥੇ ਤੁਸੀਂ ਆ ਕੇ ਬੈਠੇ ਤੇ ਪਿਛਲੇ ਪਾਗ ਜਾ ਕੇ ਫੇਰ ਬੈਠੇ ਆ ਤੁਸੀਂ ਕਹੋ ਕਿ ਸਾਨੂੰ ਕਿਵੇਂ ਪਤਾ ਲੱਗੇ ਇਸ ਹੱਟੇ ਪਿਛਲੇ ਪਾਗ ਜਾ ਕੇ ਇਹ ਸਾਨੂੰ ਇਹਦਾ ਕੀ ਪਤਾ ਬਿਨਾਂ ਕਿਸਮਤ ਤੋਂ ਬੰਦਾ ਇੱਥੇ ਨਹੀਂ ਬੈਠ ਸਕਦਾ ਬਾਣੀ ਚ ਲਿਖਿਆ ਜੀ ਬਿਨੁ ਪਾਗਾ ਸਤ ਸੰਗ ਨ ਲਭੈ ਸਤ ਸੰਗ ਨ ਲਭੈ ਬੇ ਸੰਗਤ ਮੈਲ ਭਰੀਜਾ ਜੀਓ ਕਿਸਮਤ ਕਹਿੰਦੇ ਇਹਨਾਂ ਦੀ ਕਿਸਮਤ ਲਈ ਜਾਗਦੀ ਉਹ ਬਾਅਦ ਚ ਪਛਤਾਉਂਦੇ ਆ ਪਛਤਾਉਂਦੇ ਆ ਮੈਂ ਵੇਖੇ ਕਈਆਂ ਨੂੰ ਬੜੀ ਆਕੜ ਵਿੱਚ ਰਹਿੰਦੇ ਜੀ ਗੁਰੂ ਘਰ ਨਹੀਂ ਹੁੰਦੇ ਬਾਅਦ ਚ ਪਛਤਾਉਂਦੇ ਆ ਬਾਬਾ ਕਬੀਰ ਸਾਹਿਬ ਜੀ ਭਗਤ ਕਬੀਰ ਜੀ ਉਹਨਾਂ ਦੇ ਸੰਗ ਵਿੱਚ ਇੱਕ ਬੰਦਾ ਹੁੰਦਾ ਸੀਗਾ ਭਗਤ ਜੀ ਨੇ ਕਹਿਣਾ ਰੱਬ ਦੇ ਗੁਣ ਗਾਲਾ ਕਹਿੰਦਾ ਜੀ ਮੈਂ ਨਹੀਂ ਗਾਉਣੇ ਅਜੇ ਬੜਾ ਸਮਾਂ ਪਿਆ ਆਪਣੇ ਸੰਪਰਦਾਇ ਗਿਆਨੀ ਲਿਖਦੇ ਆ ਕਹਿੰਦੇ ਫਿਰ ਉਹ ਮਰ ਕੇ ਗਾਂ ਬਣਿਆ ਜੀ ਪਸ਼ੂ ਬਣਿਆ ਜੀ ਸਿੰਘਾਂ ਵਾਲਾ ਪਸ਼ੂ ਬਣਿਆ ਭਗਤ ਕਬੀਰ ਜੀ ਫਿਰ ਲੱਗੇ ਕੇ ਕਹਿੰਦੇ ਚਾਰ ਪਾਮ ਦੋ ਸਿੰਘ ਗੋਂਗ ਮੁਖ ਤਬ ਕੈਸੇ ਗੁਣ ਗਈ ਹੈ ਰੇ ਫਿਰ ਪਛਤਾਉਣਾ ਹੀ ਰਹੇਗਾ ਚਾਰ ਲੱਤਾਂ ਹੋਣ ਗਿਆ ਲੱਤਾਂ ਦਾ ਤੇ ਵਾਧਾ ਹੋ ਜਾਏਗਾ ਵੀ ਹੁਣ ਦੋ ਐ ਨੂੰ ਚਾਰ ਹੋ ਜਾਣਗੀਆਂ ਪਰ ਉਹਦੇ ਹੱਥ ਨਹੀਂ ਹੋਣੇ ਫਿਰ ਲੱਤਾਂ ਦਾ ਵਾਧਾ ਹੋ ਜਾਏਗਾ ਪੈਰਾਂ ਦਾ ਵਾਧਾ ਹੋ ਜਾਏਗਾ ਹੁਣ ਦੋ ਪੈਰ ਨੇ ਉਰੋਂ ਚੱਲਣ ਲਈ ਚਾਰ ਹੋ ਜਾਣੇ ਨੇ ਇੱਕ ਵਾਧਾ ਹੋਏਗਾ ਦੋਨੇ ਸੋ ਦੋਨੇ ਸੇ ਦੋ ਸਿੰਘ ਹੋਣਗੇ ਸਿਰ ਤੇ ਵਧਿਆ ਚਾਰ ਭਾਗ ਦੋਏ ਸਿੰਘ ਪਰ ਮਾਰਾ ਕਹਿੰਦੇ ਕਉਮਦ ਪੁੱਖ ਤਾਂ ਆਪਣੀ ਭਾਸ਼ਾ ਵਿੱਚ ਸਾਹ ਸਕਦੇ ਦੀ ਉੱਚੀ ਉੱਚੀ ਬੋਲ ਸਕਦੀ ਆ ਪਰ ਪੰਡਿਆਂ ਵਾਂਗੂ ਵਾਹਿਗੁਰੂ ਦੀ ਬੋਲ ਸਕਦੀ ਤਹੋ ਹ ਪਿਆਰ ਨਾਲ ਵਾਹਿਗੁਰੂ ਵਾਹਿਗੁਰੂ ਇਹ ਇਸ ਬਨੁਖ ਸ਼ਰੀਰ ਦੀ ਬਟਿਆਈ ਹੈ ਇਹ ਸਰੀਰ ਦਾ ਜਦੋਂ ਜਪਨੀ ਸਾਹਿਬ ਦਾ ਪਾਠ ਕਰਤਾਂ ਦਾ ਨੂੰ ਕਹ ਸੁਖਮਣੀ ਸਾਹਿਬ ਕਰ ਕਰ ਸਕਦੀ ਹੈ ਫਿਰ ਕਹਿੰਦੇ ਉਠ ਤੇ ਬੈਠ ਤੇ ਖੇਂਗਾ ਪਰ ਹੈ ਤਪ ਤਤ ਮੂਡ ਤੋਂ ਕਹੀ ਹੈ ਰੇ ਉੱਠਦਿਆਂ ਬੈਠਦਿਆਂ ਛਿੰਗੇ ਬਚੇ ਛੋਟੀਆਂ ਬਚਣ ਕਿੱਥੇ ਮੂਤ ਕਾ ਹੈ ਸੰਗਰ ਦੇ ਰੋ ਪਾ ਫਿਰ ਪਛਤਾਉਣਾ ਹੀ ਰਹੇਗਾ ਮੇਰੀ ਮੇਰੀ ਕਰਤੇ ਜਨਮ ਗयो ਸਾਰਾ ਸ਼ਬਦ ਮਾਰਾ ਨਹੀਂ ਲਿਖਿਆ 12 ਬਰਸ ਤੱਕ ਫਿਰ ਬਚਪਨ ਬੀਤਾ 12 ਸਾਲ ਤੱਕ ਬਚਪਨ ਹੈ ਫਿਰ ਮਾਰਰ ਕਹਿੰਦੇ ਆ 23 ਵਰਸ਼ ਕਛ ਤਪ ਨਾ ਕਿਓ ਕੋਈ ਜੱਬ ਤਪ ਨਹੀਂ ਕੀਤਾ ਤੇ ਫਿਰ ਬਣੇਗਾ ਕੀ ਕਹਿੰਦੇ ਆ ਪਛਤਾਣਾ ਫਿਰ ਤੋਂ ਫਿਰ ਪਛਤਾਉਣਾ ਵਾਸਤ ਹੈ ਕਈ ਵਾਰੀ ਤਾਂ ਬੰਦਾ ਪਛਤਾਉਂਦਾ ਕਿ ਉਹ ਸਤਨ ਦਾ ਮੌਕਾ ਮਿਲ ਜਾਂਦਾ ਔਰ ਕਈ ਵਾਰੀ ਬਾਅਦੋਂ ਪਛਤਾਉਣਾ ਹੀ ਰਹਿ ਜਾਂਦਾ ਕੁੜ ਸੁਤਨ ਦਾ ਮੌਕਾ ਨਹੀਂ ਬਣਦਾ ਇਹ ਹੁਣ ਕਹਿੰਦੇ ਆ ਉਹਨਾਂ ਦੀ ਫਿਰ ਅਵਸਥਾ ਇਹੋ ਜਿਹੀ ਹੁੰਦੀ ਆ ਉਹਨਾਂ ਮਾਰਾ ਤੇ ਭਾਗ ਨਹੀਂ ਜਾਂਦਾ ਭਾ ਮਾਰਾ ਤੇ ਮਹਿਮਾ ਕਿੱਥੇ ਆ ਬਾਅਦ ਤੋਂ ਪਛਤਾਉਂ ਪਛਤਾਉਂਦਾ ਕਿ ਇਹ ਸਤਿਗੁਰ ਨੇ ਦਰਸਣ ਜਾਈ ਮਤਲਬ ਗੁਰੂ ਸਾਹਿਬ ਉਹਨਾਂ ਦੇ ਪਿੰਡ ਆ ਇਹ ਪਾਰੋ ਗੁਰੂ ਸਾਹਿਬ ਦੇ ਕੋਲ ਜਾ ਕੇ ਸਤਿਗੁਰੂ ਜੀ ਦੇ ਦਰਸ਼ਨ ਕੀਤੇ। ਬਿਨਾਂ ਭਾਗ ਤੇ ਕੋਠੇ ਮਾਏ। ਭਾਈ ਸੁਤੋਤ ਸਿੱਖ ਜੀ ਕਹਿੰਦੇ ਬਿਨਾਂ ਭਾਗਾਂ ਤੋਂ ਤਾਂ ਨਹੀਂ ਨਿਕਾ ਸਕਦਾ। ਅਰਦਾਸ ਕਰਿਆ ਕਰੋ। ਸੱਚੇ ਪਾਤਸ਼ਾਹ ਸਾਡੇ ਭਾਗਾਂ 'ਚ ਸੱਤ ਸੰਗ ਲਿਖ ਦਿਓ। ਕਰਮਾਂ 'ਚ ਦੇਖ ਦਿਓ। ਸੰਗਤ ਕਰ। ਦਰਸ਼ਨ ਕਰ। ਜਾਲਿ ਕਿਰਪਾਲ ਜਦ ਆਕੇ ਜਏ ਜਦੋਂ ਕਿਰਪਾਲੂ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਮਹਾਰਾਜ ਚਲਦੇ ਚਲਦੇ ਅੱਗੇ ਚਲੇ ਗਏ ਨਾ ਨਾਗਰ ਬਾਲ ਜਹ ਪ੍ਰਾਪਤ ਭਏ ਤੇ ਮਹਾਰਾਜ ਅਗਲੇ ਪਿੰਡ ਵਿੱਚ ਪਹੁੰਚੇ ਜਿਸ ਪਿੰਡ ਦਾ ਨਾਮ ਹੈ ਮਾਲਦਾ ਇਸ ਪੁਰਜਹ ਸੰਗਤ ਇਸਥਾਨ ਜਾਏ ਪ੍ਰੇਤ ਜਾਏ ਬਿਰਾਜੇ ਕਿਰਪਾ ਨੇ ਦਹਾਨ ਮਾਲ ਦੇ ਪਿੰਡ ਵਿੱਚ ਇੱਕ ਅਸਿਤਰ ਮਸ਼ਾਲਾ ਬਣੀ ਸੀ ਸੱਚੇ ਪਾਸ਼ਾ ਉਸ ਅਸਤਰ ਮਸ਼ਾਲਾ ਦੇ ਵਿੱਚ ਜਾ ਕੇ ਬੈਠ ਗਏ ਤਹੇ ਕੀ ਸਿੱਖ ਨਾ ਕੋ ਆਇਓ ਉਹ ਵੀ ਸੂਰਮੇ ਹੀਗੇ ਜੀ ਭਾਦਰ ਸੀਗੇ ਜੀ ਭਾਵ ਮੂਰਖ ਸੀਗੇ ਮਾਲ ਦੇ ਪਿੰਡ ਵਾਲੇ ਵੀ ਗੁਰੂ ਜੀ ਦੇ ਕੋਲ ਨਹੀਂ ਆਏ ਮਤਲਬ ਦਰਸ਼ਨ ਵੀ ਨਹੀਂ ਕੀਤੇ ਉਹਨਾਂ ਨੇ ਸੇਵਾ ਕਰੀ ਨਾ ਫਲ ਕੋ ਪਾਇਓ ਆਉਂਦੇ ਕੋਈ ਸੇਵਾ ਕਰਦੇ ਮਹਾਰਾਜ ਰਸਤੇ ਚੋਂ ਆਏ ਕੋਈ ਜਲ ਪਾਣੀ ਛਕਾਉਂਦੇ ਪਰ ਉਹਨਾਂ ਸੇਵਾ ਹੀ ਨਹੀਂ ਕੀਤੀ। ਸ਼ੂਨ ਸਥਾਨ ਹੀਰ ਗੁਰ ਪੂਛਾ। ਖਾਲੀ ਥਾਂ ਸੀਗਾ ਜੀ ਸਾਰਾ। ਗੁਰੂ ਜੀ ਨੇ ਵੇਖਿਆ ਵੀ ਖਾਲੀ ਥਾਂ ਹੈ। ਤੇ ਖਾਲੀ ਜਗ੍ਹਾ ਵੇਖ ਕੇ ਧਨ ਕਿਰਪਾਲੂ ਸੱਚੇ ਪਾਤਸ਼ਾਹ ਮਹਾਰਾਜ ਨੇ ਬਚਨ ਕੀਤਾ। ਕੈਸੇ ਕਰ ਸਿੱਖਨ ਤੇ ਸ਼ੂਸ਼ਾ। ਮਹਾਰਾਜ ਕਹਿਣ ਲੱਗੇ ਹੈ ਧਰਮਸ਼ਾਲਾ ਤੇ ਸਿੱਖ ਹੈ ਨਹੀਂ ਇੱਥੇ। ਭਾਈ ਸੰਗਤ ਨਹੀਂ ਹੈਗੀ। ਆਵਤ ਜਾਤ ਨਾ ਦੀਖਤ ਕੋਈ ਨਾ ਕੋਈ ਆ ਰਿਹਾ ਨਾ ਕੋਈ ਜਾ ਰਿਹਾ ਕੋਈ ਦੇਸੀ ਨਹੀਂ ਰਿਹਾ ਧਰਮ ਸਾਲ ਮਹਿ ਥਿਰ ਨਹਿ ਸੋਈ ਮਹਾਰਾਜ ਕਹਿਣ ਲੱਗੇ ਧਰਮ ਸ਼ਾਲਾ ਕੋਈ ਆਉਂਦਾ ਜਾਂਦਾ ਨਹੀਂ ਇੱਥੇ ਹੁ ਕਈ ਗੁਰਦੁਆਰੇ ਖਾਲੀ ਪਏ ਨੇ ਆਖੋ ਵਾਹਿਗੁਰੂ ਨਾ ਕੋਈ ਆਉਂਦਾ ਨਾ ਕੋਈ ਜਾਂਦਾ ਸ਼ਾਮਾਂ ਦਾ ਸਮਾਂ ਮਤਲਬ ਕਿ ਸੋਖਾਸਨ ਕਰਾਉਣ ਵਾਲਾ ਹੀ ਗਰੰਥੀ ਸਿੰਘ ਦੇ ਲਾਗੇ ਨਹੀਂ ਕੋਈ ਆਗਾਜੀ ਸਿੱਖ ਥੋੜੀ ਫਿਰ ਰਹਿੰਦੇ ਸੀ ਉੱਥੇ ਮਹਾਰਾਜ ਕਹਿਣ ਲੱਗੇ ਕੋਈ ਆਉਂਦਾ ਜਾਂਦਾ ਨਹੀਂ ਇੱਥੇ ਕਹਿਣ ਲੱਗੇ ਸੁਣ ਕਰ ਸ੍ਰੀ ਮੁਖ ਤੇ ਇਮ ਬਾਨੀ ਗੁਰੂ ਸਾਹਿਬ ਮਹਾਰਾਜ ਜੀ ਨੇ ਜਦੋਂ ਇਸ ਤਰ੍ਹਾਂ ਦਾ ਪ੍ਰਸ਼ਨ ਕੀਤਾ ਨਾ ਤੇ ਮਾਲ ਦੇ ਪਿੰਡ ਦਾ ਇੱਕ ਬੰਦਾ ਜਿਹੜਾ ਸਿੱਖ ਨਹੀਂ ਸੀ ਉਹਨੇ ਮਹਾਰਾਜ ਨੂੰ ਗੱਲ ਆਖੀ ਜੀ ਹਾਂ ਗੁਰੂ ਸਮੇਪਨ ਬਿਖੇ ਬਖਾਨੀ ਪੰਡੂਏ ਗ੍ਰਾਮ ਸੋ ਕਿਤਕ ਦੂਰ ਇਹ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਇੱਕ ਪਿੰਡ ਹੈ ਥੋੜੀ ਜਿਹੀ ਦੂਰੀ ਤੇ ਪੰਡੂਆ ਪਿੰਡ ਹੈ ਪੰਡੂਆ ਪਿੰਡ ਹੈ ਤਾਹਾਂ ਬਰਸ ਮਹਿ ਮੇਲਾ ਪੂਰ ਸਾਲ ਵਿੱਚ ਉੱਥੇ ਮੇਲਾ ਲੱਗਦਾ ਮਹਾਰਾਜ ਹਾਂਜੀ ਪੁਰਵਾਸੀ ਸਿੱਖ ਸਗਰੇ ਗਏ ਤੇ ਮਹਾਰਾਜ ਮਾਲ ਦੇ ਪਿੰਡ ਦੇ ਬਹੁਤੇ ਲੋਕ ਖਾਸ ਕਰਕੇ ਜਿਹੜੇ ਸਿੱਖ ਨੇ ਉਹ ਸਾਰੇ ਪੰਡੂਏ ਪਿੰਡ ਦਾ ਮੇਲਾ ਵੇਖਣਦੇ ਆਖੋ ਵਾਹਿਗੁਰੂ ਤੇ ਚਾਹੀਦਾ ਤੇ ਇਹ ਸੀ ਵੀ ਧਰਮਸ਼ਾਲਾ ਆ ਤੇ ਰੋਜ਼ ਕੀਰਤਨ ਹੁੰਦਾ ਕੋਈ 2-4 ਸਿੱਖ ਬਾਣੀ ਪੜ੍ਹਦੇ ਆਏ ਗਏ ਦੀ ਸੇਵਾ ਕਰਦੇ ਧਰਮਸ਼ਾਲਾ ਦਾ ਮਤਲਬ ਤਾਂ ਇਹ ਹੋਈ ਹੈ ਹਾਂਜੀ ਦਿਨ ਦੋਇਕ ਮੈਂ ਸੋ ਚੱਲ ਆਵੇਂ ਕੋਈ ਨਹੀਂ ਮਹਾਰਾਜ ਆਪ ਬੈਠੋ ਦੋ ਦਿਨਾਂ ਨੂੰ ਉਹਨਾਂ ਨੇ ਆ ਜਾਣਾ ਹੁਣ ਵੇਖੋ ਇਹ ਮੇਲੇ ਵਿੱਚ ਕੀ ਆ ਜੀ ਤੂਤੀਆਂ ਨਫੇਰੀਆਂ ਜਲੇਬੀਆਂ ਖੜਾਉਣੇ ਗਿੱਧੇ ਭੰਗੜੇ ਸ਼ਾਪਿੰਗ ਕਈ ਕوج ਆ ਜਾਣਾ ਮੇਲੇ 'ਚ ਤੇ ਜਦੋਂ ਮੇਲਾ ਹੀ ਆ ਗਿਆ ਕਦੀ ਵੇਖਿਆ ਕਿਸੇ ਨੇ ਵੀ ਮੇਲਾ ਚੱਲੰਦਿਆ ਵਾ ਤੇ ਕੋਈ ਆ ਸਾਈਡ ਤੇ ਬਹਿ ਕੇ ਰਹਿਰਸ ਦਾ ਪਾਠ ਕਰਨ ਦੇ ਆਵੇ ਨਹੀਂ ਉਦੋਂ ਤਾਂ ਜਿਹੜੇ ਕਰਦੇ ਆ ਉਹ ਵੀ ਭੁੱਲ ਭੁੱਲ ਜਾਂਦੇ ਨੇ ਵੇਖਿਆ ਵੀ ਮੇਲਾ ਚੱਲੰਦਿਆ ਤੇ ਕੋਈ ਪੰਜ ਬਾਣੀਆਂ ਦਾ ਪਾਠ ਕਰਨ ਦੇ ਆਵੇ ਕੋਈ ਆਖੇ ਵੀ ਮੇਰਾ ਅਭਿਆਸ ਕਰਨ ਦਾ ਸਮਾਂ ਹੋ ਗਿਆ ਵਾਹਿਗੁਰੂ ਵਾਹਿਗੁਰੂ ਤੇ ਮੈਂ ਭਾਈ ਅਭਿਆਸ ਕਰਨ ਲੱਗਾ ਵੇਖਿਆ ਕਦੀ ਕਿਸੇ ਮੇਲੇ 'ਚ ਬਸ ਲੋਕ ਤੁਰੇ ਹੀ ਫਿਰਦੇ ਜੀ ਤੁਰੇ ਹੀ ਫਿਰਦੇ ਜੀ ਇੱਥੇ ਰਣਜੀਤ ਹੈ ਵੀ ਨੂੰ ਮੇਲਾ ਲੱਗਦਾ ਜਿਹੜਾ ਜੀ ਪਾਇ ਟੈਕਸ ਦਾ ਮੇਲਾ ਲੱਗਦਾ ਤੇ ਕਿਤੇ ਵੇਖੋ ਹਾਂ ਸ਼ਾਮ ਨੂੰ ਰਹਿਰਾ ਸਾਹਿਬ ਦੇ ਸਮੇਂ ਨੇਹਰੀ ਆਈ ਹੁੰਦੀ ਲੋਕਾਂ ਦੀ ਨੇਹਰੀ ਜੀ ਸਿੱਖ ਤੇ ਚਾਹੀਦੇ ਸੀ ਉਹ ਗੁਰਦੁਆਰੇ ਵੀ ਰਹਿਰਾ ਸਾਹਿਬ ਦਾ ਸਮਾਂ ਹੋ ਗਿਆ ਤੇ ਸਿੱਖ ਸਿੱਖ ਉਥੇ ਸ਼ਹਿਦ ਖਰੀਦਣ ਦਾ ਹੈ ਸੇਖੋ ਤੇ ਚਾਰ ਖਰੀਦਨਦੇ ਵੀ ਬਾਹਰਲੇ ਇਲਾਕੇ ਚੋਂ ਆਇਆ ਤੇ ਸਿੱਖਾਂ ਦੀਆਂ ਬੇਬੀਆਂ ਸਿੱਖਣੀਆਂ ਉਹ ਸਾਰੀਆਂ ਖਰੀਦਨਦਈਆਂ ਸੂਟ ਖਰੀਦਨਦਈਆਂ ਸ਼ਾਲਾਂ ਖਰੀਦਨਦਈਆਂ ਭਲਿਓ ਲੋਕੋ ਰਹਿਰਾ ਸਾਹਿਬ ਦਾ ਸਮਾਂ ਆ ਆਖੋ ਸ੍ਰੀ ਵਾਹਿਗੁਰੂ ਉਹ ਗੁਰੂ ਦੇ ਸਿੱਖ ਤੇ ਇਸ ਟਾਈਮ ਰਹਿਰਾਸ ਕਰਦੇ ਆ ਤੁਸੀਂ ਇੱਥੇ ਕੀ ਕਰਦੇ ਤੇ ਗੁਰਦੁਆਰੇ ਖਾਲੀ ਮੇਲੇ ਵਾਲੀਆਂ ਥਾਮਾਂ ਭਰੀਆਂ ਉਹ ਕਹਿੰਦੇ ਮਹਾਰਾਜੇ ਮੇਲਾ ਲੱਗਾ 2 ਦਿਨ ਤੱਕ ਆ ਜਾਣਾ ਉਹਨਾਂ ਨੇ ਹਾਂਜੀ ਬਾਹਰ ਮਿਲੈ ਜੇ ਸਤਗੁਰ ਭਾਵੇਂ ਤੇ ਫਿਰ ਮਹਾਰਾਜ ਕਿਰਪਾ ਮਿਲਣਗੇ ਤੁਹਾਨੂੰ ਮਿਲ ਪੈਣਗੇ ਆ ਕੇ ਹਾਂਜੀ ਸਹਿਜ ਸੁਭਾਇਕ ਗੁਰੂ ਉਚਾਰੀ ਹੁਣ ਸਾਵਧਾਨ ਹੋਵੋ ਤੇ ਗੱਜ ਕੇ ਕਹੋ ਧੰਨ ਗੁਰੂ ਤੇ ਇੱਕ ਬਹਾਦਰ ਸਾਹਿਬ ਜੀ ਮਹਾਰਾਜ ਜੀ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਸਹਿਜ ਸੁਭਾਅ ਬਚਨ ਕੀਤਾ ਮਮ ਸਿੱਖੀ ਕੇ ਨਹਿ ਅਧਿਕਾਰੀ ਮਹਾਰਾਜ ਕਹਿੰਦੇ ਤੂੰ ਕਹਿਣਾ ਸਾਡੇ ਸਿੱਖ ਮੇਲੇ ਚ ਗਏ ਆ ਉਹ ਨਹੀਂ ਸਾਡੇ ਸਿੱਖ ਹੈਗੇ ਕਹਿਣ ਲੱਗੇ ਇੱਕ ਤੇ ਉਹ ਮੇਲਾ ਅਨੁਮਤੀਆਂ ਦਾ ਹੀਗਾ ਜੀ ਗੁਰੂ ਕੀ ਮਰਿਆਦਾ ਵਾਲਾ ਗੁਰਮਤ ਵਾਲਾ ਮੇਲਾ ਨਹੀਂ ਸੀ ਹੈਗਾ ਤੇ ਦੂਜਾ ਧਰਮਸ਼ਾਲਾ ਛੱਡ ਕੇ ਤੇ ਮੇਲਿਆਂ ਚ ਤੁਰੇ ਫਿਰਦੇ ਆ ਵੇਖੋ ਜਿਹੜਾ ਸਮਾਂ ਨੇਮਦਾ ਹੈ ਨਾ ਉਸ ਸਮੇਂ ਤਰਮਸ਼ਾਲਾ ਚੋਣਾ ਚਾਹੀਦਾ ਜੀ ਉਹ ਆਇਆ ਹੀ ਨਹੀਂ ਜੀ ਮਾਰੇ ਕਹਿਣ ਲੱਗੇ ਉਹ ਸਾਡੀ ਸਿੱਖੀ ਦੇ ਅਧਿਕਾਰੀ ਨਹੀਂ ਹੈਗੇ ਹਾਂਜੀ ਤਿੰਨ ਸੌ ਮੇਲਾ ਹੋਇਆ ਨਾ ਹਮਾਰੋ ਮਾਰੇ ਕਹਿਣ ਲੱਗੇ ਉਹ ਸਾਨੂੰ ਮਿਲ ਨਹੀਂ ਸਕਦੇ ਕਹਿਣ ਲੱਗੇ ਦਰਸ਼ਨਾਂ ਤੋਂ ਹੋਰ ਵੇਖੋ ਮੇਲੇ ਤਗੜੇ ਹੋ ਕੇ ਜਾਓ ਕੋਈ ਮੇਲਾ ਲੱਗਾ ਜਾਓ ਪਰ ਧਰਮਸ਼ਾਲਾ ਚ ਵੀ ਕੋਈ ਹੋਣਾ ਚਾਹੀਦਾ ਕੋਈ ਸ਼ਾਮ ਦਾ ਸਮਾਂ ਹੈ ਕੋਈ ਨਿਤਨੇਮ ਵਾਲਾ ਹੋਣਾ ਚਾਹੀਦਾ ਜੀ ਹਾਂ ਨਿਸ ਕੋ ਬਸ ਮਗ ਚਲਹ ਹੈ ਅਗਾਰ ਸਤਿ ਪਾਤਸ਼ਾਹ ਕਹਿੰਦੇ ਅਹੀਂ ਰਾਤ ਰਹਿ ਕੇ ਅੱਗੇ ਚਲੇ ਜਾਣਾ ਲੋਣਾ ਇੱਕ ਸਿੱਖ ਹਤੋ ਤਹਾਂ ਹਲਵਾਈ ਪਰ ਉਥੋਂ ਦੇ ਹਲਵਾਈ ਦੇ ਭਾਗ ਜਾਗ ਗਏ ਆਖੋ ਵਾਹਿਗੁਰੂ ਵਾਹਿਗੁਰੂ ਇੱਕ ਹਲਵਾਈ ਸੀ ਉਥੋਂ ਦਾ ਜੀ ਹਾਂਜੀ ਹਲਵਾਈ ਉਹ ਹੈ ਗੁਰੂ ਦਾ ਸਿੱਖ ਸੀ ਹਾਂਜੀ ਆਏ ਪਰਿਓ ਸਤਗੁਰ ਸ਼ਰਨ ਆਈ ਉਹਨੂੰ ਪਤਾ ਲੱਗਾ ਵੀ ਸਤਗੁਰੂ ਜੀ ਆਏ ਨੇ ਉਹ ਸਾਧ ਸੰਗਤ ਉਸੇ ਵੇਲੇ ਹੀ ਹਲਵਾਈ ਸੱਤੇ ਪਾਸ਼ਾ ਜੀ ਦੇ ਚਰਨਾਂ ਵਿੱਚ ਆਇਆ ਲਖ ਮਰਜ਼ੀ ਅਰਜ਼ੀ ਤਹ ਕਰੀ ਉਹਨੇ ਗੁਰੂ ਸਾਹਿਬ ਜੀ ਦਾ ਸੁਭਾਅ ਵੇਖ ਕੇ ਵੇਖਿਆ ਵੀ ਮਹਾਰਾਜ ਤਾਂ ਖੁਸ਼ ਨਹੀਂ ਹੈਗੇ ਉਸੇ ਵੇਲੇ ਡਰਦਿਆਂ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਦੋਵੇਂ ਹੱਥ ਜੋੜ ਕੇ ਮੋਹੇ ਕਾਮਨਾ ਪੂਰੀ ਭਈ ਸੱਤੇ ਪਾਸ਼ਾ ਮਰ ਮੇਰੀ ਤਾਂ ਇੱਛਾ ਪੂਰੀ ਹੋ ਗਈ ਹੈ ਬੜੀ ਕਿਰਪਾ ਕੀਤੀ ਮੈਨੂੰ ਦਰਸ਼ਨ ਦਿੱਤੇ ਕਮਾਲ ਦੀ ਗੱਲ ਸਾਰੇ ਨਗਰ ਤੋਂ ਇੱਕੋ ਹੀ ਬੰਦਾ ਜਾਗਿਆ ਜੀ ਬਸ ਹਾਂਜੀ ਪੁਰਵਤ ਰਹੇ ਮਨੋਰਥ ਮੇਰੇ ਮੇਰਾ ਇਹ ਮਨੋਰਥ ਸੀ ਮੇਰੀ ਇਹ ਇੱਛਾ ਸੀ ਸੱਚੇ ਪਾਤਸ਼ਾਹ ਭਇਓ ਕਿਰਤਾਰਥ ਦਰਸ਼ਨ 헤ਰੇ 베 ਆਪ ਜੀ ਦੇ ਦਰਸ਼ਨ ਕਰਾਂ ਪਰ ਦੂਰ ਬਹੁਤ ਰਹਿਨਾ ਸੀ ਪੰਜਾਬ ਤੋਂ ਅੱਜ ਬੜੀ ਕਿਰਪਾ ਕੀਤੀ ਤੁਸਾਂ ਆ ਕੇ ਹੀ ਦਰਸ਼ਨ ਦੇ ਦਿੱਤੇ ਮਹਾਰਾਜ ਤੁਸਾਂ ਤੇ ਨਿਹਾਲ ਕਰ ਦਿੱਤਾ ਮਹਾਰਾਜ ਮਹਾਰਾਜ ਮੈਂ ਤਾਂ ਆਪ ਜੀ ਦੇ ਦਰਸ਼ਨ ਕਰਕੇ ਨਿਹਾਲ ਹੋ ਗਿਆ ਹਾਂ। ਹਾਂ ਜੀ। ਦੀਨ ਦਿਆਲ ਮੈਰਾ ਵਰ ਸਰਨੀ। ਹੇ ਦੀਨ ਦਿਆਲ ਸਤਿਗੁਰੂ ਜੀ ਮਹਾਰਾਜ ਮੈਂ ਤੁਹਾਡੀ ਸ਼ਰਨ ਵਿੱਚ ਹਾਂ। ਹਾਂ ਜੀ। ਮਮ ਇੱਛਾ ਇਹ ਪੂਰਨ ਕਰਨੀ। ਕਿਰਪਾ ਕਰੋ ਬਖਸ਼ਿਸ਼ ਕਰੋ। ਮਹਾਰਾਜ ਮੇਰੀ ਇੱਛਾ ਪੂਰੀ ਕਰ ਦਿਓ। ਮਮ ਕਰ ਕੋਪਕਵਾਨ ਮਹਾਨ। ਕਰੋਨਾ ਧਾਰ ਕਰੋ ਸੋਖਾ ਨਾ ਮਹਾਰਾਜ ਕਹਿੰਦੇ ਦੱਸ ਤੇਰੀ ਕੀ ਇੱਛਾ ਤੇ ਬੰਦੇ ਦੀ ਜਿਹੜੀ ਇੱਛਾ ਹੁੰਦੀ ਆ ਨਾ ਬਹੁਤੀ ਵਾਰ ਉਹਦੇ ਕਿਤੇ ਦੇ ਹਿਸਾਬ ਨਾਲ ਇੱਛਾ ਹੁੰਦੀ ਆ ਜੀ ਕਿਤੇ ਦੇ ਹਿਸਾਬ ਨਾਲ ਕੰਮਕਾਰ ਦੇ ਹਿਸਾਬ ਨਾਲ ਹਣੋ ਹਲਵਾਈ ਸੀ ਤੇ ਹਲਵਾਈ ਤੇ ਤੁਹਾਨੂੰ ਪਤਾ ਹੀ ਆ ਉਹਨੇ ਰੋਟੀ ਪਾਣੀ ਬਣਾਉਣਾ ਜੀ ਕਹਿੰਦਾ ਮਹਾਰਾਜ ਮੇਰੀ ਇਹ ਇੱਛਾ ਸੀ ਵੀ ਮੈਂ ਲੋਕਾਂ ਨੂੰ ਭੋਜਨ ਤਿਆਰ ਕਰਕੇ ਕਰ ਕਰਕੇ ਸਿਖਾਉਣਾ ਤੇ ਮੈਂ ਆਪ ਜੀ ਨੂੰ ਵੀ ਪ੍ਰਸ਼ਾਦਾ ਸਿਖਾਉਣਾ ਚਾਹੁੰਦਾ ਹਾਂ ਜੀ ਹੁਣ ਵੇਖੋ ਨਾ ਜੀ ਉਹ ਮਾਣ ਨਾਲ ਕਹਿ ਸਕਦਾ ਵੀ ਮੇਰਾ ਬਣਾਇਆ ਹੋਇਆ ਪ੍ਰਸ਼ਾਦਾ ਗੁਰੂ ਤੇ ਇੱਕ ਬਾਦ ਦ੍ਰਿਸ਼ਕ ਕੇ ਗਏ ਨੇ ਜਦੋਂ ਵੱਡਾ ਕੋਈ ਰੈਸਟੋਰੈਂਟ ਹੋਵੇ ਹੋਟਲ ਹੋਵੇ ਉੱਥੇ ਕੋਈ ਵੱਡੀ ਹਸਤੀ ਆਈ ਹੋਵੇ ਨਾ ਅਗਲੀ ਵਾਰੀ ਚਿੱਚੀ ਫੋਟੋ ਲਾਉਂਦੇ ਵੀ ਸਾਡੇ ਹੋਟਲ ਤੇ ਉਹ ਵੀ ਆਇਆ ਤੇ ਉਹ ਕਹਿੰਦਾ ਵੀ ਮਹਾਰਾਜ ਮੇਰੀ ਇਹ ਇੱਛਾ ਵੀ ਮੇਰੇ ਹੱਥਾਂ ਦਾ ਪ੍ਰਸ਼ਾਦਾ ਤੁਸੀਂ ਛਕੋ ਮਾਰਾ ਮੇਰੀ ਇਹ ਇੱਛਾ ਹਾਂਜੀ ਦੇਖ ਪਾਓ ਤਿਸਕੇ ਮਨ ਕੇਰਾ ਉਹਨੇ ਬੜੇ ਪਿਆਰ ਨਾਲ ਗੁਰੂ ਜੀ ਨੂੰ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਨੂੰ ਮਹਾਰਾਜ ਨੇ ਉਹਰੇ ਮਨ ਦਾ ਜਦੋਂ ਪ੍ਰੇਮ ਦੇਖਿਆ ਆਇਸ ਕਰੀ ਗੁਰੂ ਤਿਸ ਬੇਰਾ ਤੇ ਫਿਰ ਗੁਰੂ ਜੀ ਨੇ ਆਗਿਆ ਦਿੱਤੀ ਜੀ ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ ਹਾਂ ਹਰਖਤ ਹੋਏ ਤਿੰਨ ਭਲੋ ਬਣਾਏ ਮਹਾਰਾਜ ਕਹਿੰਦੇ ਫਿਰ ਬਣਾ ਪ੍ਰਸ਼ਾਤਾ ਛਕੀਏ ਤੇ ਉਹ ਹਲਵਾਈ ਵਾਹ ਜੀ ਵਾਹ ਬੜਾ ਖੁਸ਼ ਬੜਾ ਖੁਸ਼ ਤਿੰਨ ਹਲਵਾਈਆਂ ਦਾ ਜ਼ਿਕਰ ਬਹੁਤਾ ਹੁੰਦਾ ਜੀ ਇੱਕ ਉਹ ਜੈਤਰਾਮ ਵੀ ਹਲਵਾਈ ਸੀਗਾ ਜੀ ਜੈਤ ਮੱਲ ਪਟਨਾ ਸਾਹਿਬ ਵਾਲਾ ਇੱਕ ਆ ਮਾਲ ਦੇ ਪਿੰਡ ਦਾ ਵੀ ਹਲਵਾਈ ਹੈ ਇੱਕ ਹਲਵਾਈ ਸਾਧ ਸੰਗਤ ਦੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕੋਲ ਵੀ ਰਹਿੰਦਾ ਸੀ ਜਿਨੇ ਹਯਾਤ ਖਾਨ ਨੂੰ ਮਾਰਿਆ ਸੀ ਆਖੋ ਵਾਹਿਗੁਰੂ ਵਾਹਿਗੁਰੂ ਉਹ ਹਲਵਾਈ ਸੀ ਉਹਨੇ ਜੰਗ ਵੀ ਕੀਤੀ ਸੀਗੀ ਕਟਸ਼ੇ ਨਾਲ ਹੀ ਬੰਦੇ ਮਾਰ ਸੁੱਟੇ ਸੀਗੇ ਜੀ ਉਹਨੇ ਇਹਨੇ ਫਿਰ ਬੜੇ ਪਿਆਰ ਨਾਲ ਗੁਰੂ ਜੀ ਨੂੰ ਬਿਠਾਇਆ ਤੇ ਕਹਿੰਦਾ ਮਹਾਰਾਜ ਹੁਣ ਤੁਸੀਂ ਬੈਠੋ ਤੇ ਮੈਨੂੰ ਸਮਾਂ ਲੱਗੂਗਾ ਪਰ ਬੜੀ ਭਾਵਨਾ ਦੇ ਨਾਲ ਖੁਸ਼ ਹੋ ਕੇ ਪਦਾਰਥ ਬਣਾਏ ਜੀ ਉਹਨੇ ਭਾਂਤ ਭਾਂਤ ਪਕਵਾਨ ਪਕਾਏ ਉਹ ਇਹ ਐ ਨਹੀਂ ਵੀ ਆਲੂ ਗੋਭੀ ਤੇ ਦਾਲ ਬਣਾਤੀ ਤੇ ਕਿਹਾ ਭਿਕਸ਼ਕੋ ਪ੍ਰਸ਼ਾਦਾ ਨਹੀਂ ਕਈ ਤਰ੍ਹਾਂ ਦੇ ਪਦਾਰਥ ਬਣਾਏ ਜੀ ਉਹਨੇ ਛੇਤੀ ਛੇਤੀ ਨਾਲ ਮਹਾ ਪ੍ਰੇਮ ਕੋ ਧਾਰਤ ਲਿਆਇਓ ਤੇ ਫਿਰ ਥਾਲ ਤੇ ਸੁਝਾ ਕੇ ਨਾ ਮਹਾਰਾ ਨੇ ਰਾਤ ਰਹਿਣਾ ਸੀ ਉੱਥੇ ਸ਼ਾਮਾ ਨੂੰ ਥਾਲ ਤੇ ਸੁਝਾ ਕੇ ਸਭ ਕੁਝ ਬਣਾ ਕੇ ਉਹ ਹਲਵਾਈ ਜਿਹੜਾ ਹੈ ਉਹ ਲੈ ਕੇ ਆਇਆ ਸਤਗੁਰ ਅੱਗੇ ਆਨ ਟਿਕਾਇਓ ਬੜੀ ਭਾਵਨਾ ਨਾਲ ਥਾਲਾ ਮਹਾਰਾ ਦੇ ਅੱਗੇ ਰੱਖਿਆ ਜੀ ਹਾਂਜੀ ਪ੍ਰੀਤ ਸਿੱਖ ਕੀ ਦੇਖ ਉਦਾਰਾ ਜਦੋਂ ਮਹਾਰਾ ਨੇ ਉਹਦਾ ਪ੍ਰੇਮ ਵੇਖਿਆ ਮਾਰਾ ਜ ਪੈਸਾ ਵੇਖਦੇ ਮਾਰਾ ਰ ਵੇਖਦੇ ਇਹ ਗੋਰਾ ਇਹ ਕਾਲਾ ਇਹ ਮਧਰਾ ਇਹ ਲੰਬਾ ਇਹ ਪਤਲਾ ਇਹ ਮੋਟਾ ਨਹੀਂ ਮਾਰਾ ਕੀ ਦੇਖਦੇ ਪਿਆਰ ਵੇਖਦੇ ਪਿਆਰ ਕਿੰਨਾ ਹੈ ਕਿੰਨੇ ਕੁ ਪਿਆਰ ਨਾਲ ਬੈਠਾ ਹੈ ਕਿੰਨੇ ਕੁ ਪਿਆਰ ਨਾਲ ਸੰਗਤ ਝਾ ਰਿਹਾ ਜਦੋਂ ਮਾਰਾ ਨੇ ਉਹਦਾ ਪਿਆਰ ਵੇਖਿਆ ਨਾ ਹਾਂਜੀ ਰੁਚਸੋਂ ਕੀਨਸ ਖਾਨ ਆਹਾਰਾ ਹਰ ਗੁਰੂ ਜੀ ਨੇ ਬੜੀ ਰੁਚੀ ਨਾਲ ਪ੍ਰਸ਼ਾਦਾ ਛਕਿਆ ਜੀ ਆਖੋ ਵਾਹਿਗੁਰੂ ਵਾਹਿਗੁਰੂ ਬੜੀ ਰੁਚੀ ਨਾਲ ਪ੍ਰਸ਼ਾਦਾ ਛਕਿਆ ਜੀ ਬੜੀ ਖੁਸ਼ੀ ਨਾਲ ਪ੍ਰਸ਼ਾਦਾ ਛਕਿਆ ਦਾਸਨ ਕੇ ਸਮੇਤ ਤ੍ਰਿਪਤਾਏ ਮਹਾਰਾਜ ਨੇ ਆਪ ਵੀ ਛਕਿਆ ਤੇ ਗੁਰਸਿੱਖਾਂ ਨੇ ਰਾਜੇ ਵਿਸ਼ਨ ਸਿੰਘ ਨੇ ਹੋਰ ਨਾਨੇ ਵੀ ਛਕਿਆ ਜੀ ਕਰਖਾਰ ਪਟ ਪੂੰਛ ਸੁਹਾਏ ਫਿਰ ਗੁਰੂ ਜੀ ਨੇ ਹੱਥ ਸੁੱਤੇ ਕੀਤੇ ਇੱਕ ਬਸਤਰ ਨਾਲ ਹੱਥਾਂ ਨੂੰ ਪੂੰਝਿਆ ਸੱਚੇ ਪਾਤਸ਼ਾਹ ਜੀ ਨੇ ਤਿਸ ਪਰ ਖੁਸ਼ੀ ਭਏ ਗੁਰਦਿਆਲ ਤੇ ਫਿਰ ਅਗਲੀ ਗੱਲ ਸੁਣਿਓ ਸਾਰਾ ਪਿੰਡ ਮਾਲ ਦਾ ਪੰਡੂਏ ਨਗਰ ਮੇਲਾ ਵੇਖਣ ਗਿਆ ਇੱਕ ਬੰਦਾ ਹੀ ਰਹਿਦਾ ਸੀ ਉਹਨੇ ਹੀ ਖੁਸ਼ੀ ਲੈ ਲਈ ਜੀ ਸਾਰੀ ਦੀ ਗੁਰੂ ਜੀ ਦੇ ਆਲੂ ਹੋਏ ਸੱਚੇ ਪਾਤਸ਼ਾਹ ਨੇ ਉਹਦੇ ਤੇ ਬੜੀ ਖੁਸ਼ੀ ਕੀਤੀ ਜੀ ਬਹੁਤ ਹੀ ਖੁਸ਼ ਹੋਏ ਨੌਵੇਂ ਪਾਤਸ਼ਾਹ ਉਹਰੇ ਤੇ ਸ਼ਿਨਕ ਬਿਖੈ ਸਿਖ ਕੀਨ ਨਿਹਾਲ ਤੇ ਲਓ ਫਿਰ ਸਮਾ ਥੋੜੀ ਲਾਇਆ ਜੀ ਇੱਕ ਖਿੰਨ ਲਾਇਆ ਤੇ ਗੁਰੂ ਜੀ ਨੇ ਉਹਨੂੰ ਨਿਹਾਲ ਕਰ ਦਿੱਤਾ ਜੀ ਲਓ ਹੁਣ ਉਹਦੇ ਅੰਦਰ ਕੀ ਵਰਤਾਰਾ ਵਰਤ ਰਿਹਾ ਹਲਵਾਈ ਦੇ ਅੰਦਰ ਇਹ ਤਾਂ ਉਹੋ ਹੀ ਜਾਣਦਾ ਇੱਕ ਖੇਨ ਲਾਇਆ ਉਹਨੂੰ ਨਿਹਾਲ ਕਰ ਦਿੱਤਾ ਤੇ ਸਾਧ ਸੰਗਤ ਦੀ ਮਨ ਤੇ ਨਿਹਾਲ ਹੁੰਦਾ ਜਦੋਂ ਅੰਦਰ ਸ਼ਬਦ ਚੱਲ ਪਵੇ ਜੀ ਜਦੋਂ ਵਾਹਿਗੁਰੂ ਦਾ ਨਾਮ ਚੱਲ ਪਵੇ ਹਾਂ ਜੀ ਕਰਿਓ ਕੂਚ ਢਾਕੇ ਦਿਸ਼ ਚੱਲੇ ਉਹਨੂੰ ਨਿਹਾਲ ਕਰ ਦਿੱਤਾ ਉਹ ਤੇ ਸਾਧ ਸੰਗਤ ਦੀ ਨਿਹਾਲ ਹੋ ਗਿਆ ਇੱਕੋ ਹੀ ਸਿੱਖ ਪਿਆਰ ਨਾਲ ਸੇਵਾ ਕੀਤੀ ਉਹ ਕੱਲਾ ਹੀ ਖੁਸ਼ੀਆਂ ਲੈ ਗਿਆ ਸਾਰੀਆਂ ਜੀ ਕੱਲਾ ਹੀ ਖੁਸ਼ੀਆਂ ਲੈ ਗਿਆ ਇਹ ਭਾਗਾਂ ਵਿੱਚ ਜਿਹਦੇ ਖੁਸ਼ੀਆਂ ਹਨ ਉਹਨੂੰ ਮਿਲਦੀਆਂ ਨੇ ਅੱਗੋ ਸੱਚੇ ਪਾਸ਼ਾ ਬੜੇ ਪ੍ਰਸਿੱਧ ਨਗਰ ਵਿੱਚ ਪਹੁੰਚੇ ਜਿਸ ਨਗਰ ਦਾ ਨਾਮ ਹੈ ਟਾਕਾ ਟਾਕੇ ਵੱਲੋਂ ਸੱਚੇ ਪਾਸ਼ਾ ਜੀ ਨੇ ਚੱਲਣਾ ਕੀਤਾ ਮਾਰਗ ਵਿਖੇ ਸਿੱਖ ਬਹੁ ਮਿਲੇ ਬੜੇ ਸਿੱਖ ਮਿਲੇ ਜੀ ਰਾਹ ਵਿੱਚ ਹਾਂਜੀ ਕਰਤ ਕਾਮਨਾ ਪੂਰਨ ਜਾਤੇ ਸਿੱਖ ਹਜ਼ਾਰੋਂ ਨਿਤ ਬਰਸਾਤੇ ਅਖੋ ਸ੍ਰੀ ਵਾਹਿਗੁਰੂ ਤੇ ਹਜ਼ਾਰਾਂ ਸਿੱਖਾਂ ਨੂੰ ਮਹਾਰਾਜ ਨੇ ਰਸਤੇ 'ਚ ਨਿਹਾਲ ਕੀਤਾ ਜਿ ਹੁਣ ساری ਕਥਾ ਤੇ ਸਾਧ ਸੰਗਤ ਦੀ ਭਾਈ ਸੰਤੋਖ ਸਿੰਘ ਜੀ ਵੀ ਨਹੀਂ ਲਿਖ ਸਕੀ ਜੀ ਬੜਿਆਂ ਗੁਰਸਿੱਖਾਂ ਨੂੰ ਸੱਚੇ ਪਾਤਸ਼ਾਹ ਜੀ ਨੇ ਨਿਹਾਲ ਕੀਤਾ ਸੰਗਤ ਪਰ ਕਰ ਕਿਰਪਾ ਕਿਰਪਾਲਾ ਮਹਾਰਾਜ ਕਿਰਪਾਲੂ ਸੱਚੇ ਪਾਤਸ਼ਾਹ ਸੰਗਤ ਤੇ ਬਹੁਤੀ ਕਿਰਪਾ ਕਰਦੇ ਹਨ ਜਿਹੜਾ ਦਰਸ਼ਨ ਕਰ ਲੈਂਦਾ ਨਾ ਜੀ ਉਹਦਾ ਮਨ ਪਤਾ ਕੀ ਗੁੰਦਾ ਜਾਵਾ ਬਲੇਹਾਰ ਜੀ ਮੈਂ ਆਪਣੇ ਗੁਰਾਂ ਤੋਂ ਜਾਵਾਂ ਬੱਲੇਹਾਰ 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 ਜੀ ਮੈਂ ਆਪਣੇ ਗੁਰਾਂ ਤੋਂ ਗੱਜ ਕੇ ਆਪੜੇ ਗੁਰਾਂ ਜਾਵਾ ਬੱਲੇਹਾਰ ਜੀ ਮੈਂ ਆਪਨੇ ਗੁਰਾਂ ਤੋ ਜਾਵਾ ਬੱਲੇਹਾਰ ਜੀ ਮੈਂ ਆਪਨੇ ਗੁਰਾਂ ਤੋ ਜਾਵਾ ਬੱਲੇਹਾਰ ਜੀ ਮੈਂ ਆਪਨੇ ਗੁਰਾਂ ਤੋ ਜਾਵਾਂ ਬਲੇਹਾਰ ਜੀ ਮੈਂ ਆਪੜੇ ਗੁਰਾ ਤੋਂ ਗੱਜ ਕੇ ਬਲੇਹਾਰ ਜੀ ਮੈਂ ਆਪੜੇ ਗੁਰਾ ਕੋ ਉਤੇ ਬਲੇਹਾਰ ਜਾਂਦੇ ਜੀ ਪਿਆਰ ਵਾਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਨਿਹਾਲ ਹੋਈ ਜਾ ਰਹੇ ਨੇ ਰਸਤੇ 'ਚ ਹਾਂਜੀ ਮਨਹੁ ਕਾਮਨਾ ਚਿਤ ਵਹ ਕੋਇ ਜਿਹੜਾ ਸਿੱਖ ਮਨ ਵਿੱਚ ਕੋਈ ਕਾਮਨਾ ਰੱਖਦਾ ਨਾ ਜੀ ਸੋ ਸਤਗੁਰ ਤੇ ਪੂਰਨ ਹੋਏ ਹਨ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕਰਕੇ ਪੂਰੀ ਹੋ ਜਾਂਦੀ ਈ ਉਹ ਕਾਮਨਾ ਹਾਂਜੀ ਕਰਹਿ ਪ੍ਰੇਮ ਭੋਜਨ ਅਚਵਾਵਹਿ ਵਾਹ ਵਾਹ ਬੜਾ ਹੀ ਪਿਆਰ ਕਰਦੇ ਘਰ ਘੱਦ ਕੇ ਸੱਚੇ ਪਾਤਸ਼ਾਹ ਜੀ ਨੂੰ ਪ੍ਰਸ਼ਾਦਾ ਸ਼ਕਾਉਂਦੇ ਆ ਕੋ ਪੋਸ਼ਿਸ਼ ਕੋ ਤਨ ਪਹਿਰਾਵਹਿ ਕਈ ਤੇ ਬਸਤਰ ਵੀ ਭੇਟਾ ਕਰਦੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਕੋ ਆਪਣੇ ਘਰ ਬਿਖੈ ਉਤਾਰਹਿ ਕਈ ਮਹਾਰਾਜ ਨੂੰ ਕਹਿੰਦੇ ਸੱਚੇ ਪਾਤਸ਼ਾਹ ਸਾਡੇ ਘਰ ਰਾਤ ਰੋ ਮਹਾਰਾਜ ਉਤਾਰਾ ਕਰੋ ਸਾਡੇ ਘਰ ਪ੍ਰੀਤ ਧਰੈ ਕੋ ਦਰਸ਼ਨ ਨਿਹਾਰੈ ਤੇ ਕਈ ਵੈਸੇ ਹੀ ਬੜੀ ਪ੍ਰੀਤ ਧਾਰ ਕੇ ਪ੍ਰੇਮ ਨਾਲ ਸਤਿਗੁਰੂ ਜੀ ਦੇ ਪਵਿੱਤਰ ਮਹਾਨ ਦਰਸ਼ਨ ਕਰਦੇ ਹਨ ਨਹਿ ਠਹਿਰ ਪੁਨ ਗਮਨੇ ਜਾਹੇ ਗਰੀਬ ਨਵਾਦ ਸੱਚੇ ਪਾਤਸ਼ਾ ਕਿਤੇ ਠਹਿਰਦੇ ਨਹੀਂ ਹਨ ਬਹੁਤ ਪਿਆਰ ਵਾਲਿਆਂ ਵੱਲ ਠਹਿਰ ਲੈਂਦੇ ਹਨ ਨਹੀਂ ਤਾਂ ਅੱਗੇ ਚਲੇ ਜਾਂਦੇ ਹਨ ਲਸ਼ਕਰ ਸੰਗ ਚਲਤ ਉਤਸ਼ਾਹੇ ਬੜੇ ਉਤਸ਼ਾਹ ਨਾਲ ਫੌਜਾਂ ਵੀ ਡੇੜੀਆਂ ਨੇ ਉਹ ਗੁਰੂ ਜੀ ਦੇ ਨਾਲ ਜਾ ਰਹੀਆਂ ਹਨ ਸੈਨਾ ਮਹਿ ਤੰਬੂ ਲਗਵਾਏ ਸੈਨਾ ਦੇ ਵਿੱਚ ਮਹਾਰਾਜ ਤੰਬੂ ਲਵਾ ਕੇ ਇੱਕ ਪਾਸੇ ਸੈਨਾ ਪੈ ਜਾਂਦੀ ਹੈ ਕਿਸੂ ਥਾਨ ਗੁਰਬੀਚ ਰਹਾਏ ਕਈ ਵਾਰੀ ਸੈਨਾ ਦੇ ਵਿੱਚ ਹੀ ਮਹਾਰਾਜ ਸੱਚੇ ਪਾਤਸ਼ਾਹ ਆਸਣ ਲਾ ਲੈਂਦੇ ਹਨ ਕਬ ਹੂੰ ਸਿੱਖ ਪ੍ਰੇਮੀ ਕੋ ਦੇਖ ਕਦੀ ਕਦੀ ਕੋਈ ਪ੍ਰੇਮੀ ਸਿੱਖ ਗੁਰੂ ਜੀ ਨੂੰ ਦੇਖਦਾ ਪਛਾਣਦਾ ਤਿੰਨ ਕੇ ਘਰ ਉੱਤਰ ਹੈ ਅਵਰੇਖ ਉਹ ਮਹਾਰਾਜ ਨੂੰ ਬੇਨਤੀ ਕਰਦਾ ਸੱਚੇ ਪਾਤਸ਼ਾਹ ਮੇਰੇ ਘਰ ਉਤਾਰਾ ਕਰੋ ਤੁਸੀਂ ਸਤਿਗੁਰੂ ਜੀ ਉਹਦੇ ਘਰ ਉਤਾਰਾ ਕਰਦੇ ਉਹਦੇ ਘਰ ਚਰਨ ਪਾਉਂਦੇ ਉਹਦੇ ਘਰ ਨੂੰ ਹਰੀਆਂ ਭਰੀਆਂ ਕਰ ਦਿੰਦੇ ਜੀ। ਏਮ ਕੀਤਿਕ ਦਿਨ ਮਹਗੋ ਸਾਈਂ ਇਸ ਤਰੀਕੇ ਨਾਲ ਗੁਸਾਈਂ ਧਰਤੀ ਦੇ ਮਾਲਕ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਟਾਕੇ ਪਹੁੰਚੇ ਦਲ ਸਮੁਦਾਈ ਤੇ ਮਹਾਰਾਜ ਸਮੇਤ ਫੌਜਾਂ ਦੇ ਟਾਕੇ ਪਹੁੰਚ ਗਏ ਜੀ। ਹਾਂਜੀ ਸਭ ਕੋ ਡੇਰਾ ਬਹਿਰ ਉਤਾਰਾ ਸਾਰਿਆਂ ਦਾ ਡੇਰਾ ਬਾਰ ਬਾਰ ਹੋ ਗਿਆ ਜੀ ਟਾਕੇ ਨਗਰ ਦੇ ਬਾਰ ਬਾਰ ਆਪ ਗੁਰੂ ਪੁਰ ਮਹਿ ਪਗ ਧਾਰਾ ਆਪ ਸੱਚੇ ਪਾਤਸ਼ਾਹ ਟਾਕੇ ਦੇ ਵਿੱਚ ਚਰਨ ਪਾ ਰਹੇ ਨੇ ਹਾਂ ਟਾਕੇ ਨਗਰ ਮਝਾਰ ਮਸੰਦ ਟਾਕੇ ਨਗਰ ਦੇ ਵਿੱਚ ਨਾ ਜੀ ਇੱਕ ਮਸੰਦ ਰਹਿੰਦਾ ਮਸੰਦ ਬਸ ਹੈ ਬੁਲਾਕੀ ਦਾਸ ਬਿਲੰਦ ਉਹਦਾ ਨਾਮ ਹੈ ਬੁਲਾਕੀ ਦਾਸ ਕੀ ਨਾਮ ਹੈ ਹਾਂਜੀ ਇਸ ਕੀ ਮਾਤ ਬ੍ਰਿਧ ਬਹੁਤਨ ਕੀ ਉਹਦੀ ਮਾਤਾ ਹੈ ਜਿਹੜੀ ਬੜੀ ਬਜ਼ੁਰਗ ਹੈ ਸ਼ਰੀਰ ਬੜਾ ਬਜ਼ੁਰਗ ਹੈ ਬੁਲਾਕੀ ਦਾਸ ਦੀ ਮਾਤਾ ਦਾ ਵੱਡੀ ਲਾਲਸਾ ਗੁਰ ਦਰਸ਼ਨ ਕੀ ਪਰ ਮਾਤਾ ਜੀ ਦੇ ਮਨ ਵਿੱਚ ਇੱਛਾ ਹੈ ਮੈਂ ਵੀ ਨਵੇਂ ਪਾਤਸ਼ਾਹ ਦੇ ਦਰਸ਼ਨ ਕਰਨੇ ਨੇ ਹਾਂਜੀ ਾਰੇ ਪ੍ਰੇਮ ਨਿਜ ਸਦਨ ਮਝਾਰਾ ਤੇ ਬੜਾ ਪ੍ਰੇਮ ਹੈ ਉਹਨੂੰ ਜੀ ਮਹਾਰਾਜੀ ਦੇ ਨਾਲ ਹਾਂਜੀ ਗੁਰ ਹਿੱਤ ਏਕ ਪ੍ਰਯੰਕ ਸੁਧਾਰਾ ਤੇ ਪਿਆਰ ਵਿੱਚ ਆ ਕੇ ਸਤਗੁਰੂ ਜੀ ਦੇ ਵਾਸਤੇ ਆਪਣੇ ਘਰ ਵਿੱਚ ਮੰਝਾ ਬਣਵਾਇਆ ਜੀ ਉਹਨੇ ਆਖਵਾਇ ਗਿਰ ਵਾਹ ਠੀਕ ਕਿਉਂ ਨਹੀਂ ਭਾਵਨਾ ਵੀ ਮਹਾਰਾਜ ਨੇ ਮੈਨੂੰ ਦਰਸ਼ਨ ਦੇਣਾ ਤੇ ਜਦੋਂ ਹੋਣਗੇ ਤੇ ਮੈਂ ਬਿਠਾਵਾਂਗੀ ਕਿੱਥੇ ਤੇ ਫਿਰ ਭਾਵਨਾ ਵੇਚਣਾ ਮੰਝਾ ਬਣਾਇਆ ਜੀ ਮੰਝਾ ਹਾਂਜੀ ਆਸਤਰਨ ਸੋ ਛਦਨ ਕਰਿਓ ਹਰ ਸਮੇ ਸੁੱਚੇ ਕੱਪੜੇ ਸੁੱਚਾ ਬਿਸਤਰਾ ਸੁੱਚੀ ਚਾਦਰ ਉਹਦੇ ਉੱਤੇ ਵਿਛਾ ਕੇ ਰੱਖਦੀ ਹੈ ਹਾਂਜੀ ਸੇਜ ਬੰਦ ਸੰਗ ਕਸ ਕਰ ਧਰਿਓ ਤੇ ਪਾਵਿਆਂ ਦੇ ਲਾਗੇ ਨਾ ਚਾਦਰ ਨੂੰ ਖਿੱਚ ਕੇ ਬੰਨ੍ਹਿਆ ਜੀ ਬੇਵਟ ਨਾ ਪਵੇ ਚਾਦਰ ਦੇ ਉੱਤੇ ਤਿਸ ਕੋ ਪੂਜ ਹੈ ਸੰਝ ਸਕਾਰੇ ਲੋ ਜੀ ਇੰਨਾ ਪਿਆਰ ਇੰਨਾ ਪਿਆਰ ਸਵੇਰੇ ਸ਼ਾਮ ਰੋਜ਼ ਉਹ ਪਲੰਗੇ ਦੀ ਪੂਜਾ ਕਰੀ ਜਾਂਦੀ ਹੈ ਮੰਜੇ ਦੀ ਪੂਜਾ ਕਰੀ ਜਾਂਦੀ ਹੈ ਹਾਂ ਜੀ ਹਿਰਦੇ ਮਨੋਰਥ ਕੋ ਇਮਤਾਰੇ ਆਪਣੇ ਮਨ ਵਿੱਚ ਭਾਵ ਕੀ ਬਣਾ ਲੈਂਦੀ ਹੈ ਇਹ ਸੁਣਿਓ ਇਸ ਉੱਪਰ ਜਦ ਆਨ ਬਿਰਾਜੇ ਵਾਹ ਵਾਹ ਆਖੋ ਸ੍ਰੀ ਵਾਹਿਗੁਰੂ ਵਾਹ ਮੰਜੇ ਦੇ ਸਾਹਮਣੇ ਬਹਿ ਜਾਣਾ ਧੂਫ ਅਗਰ ਬੱਤੀ ਲਾ ਲੈਣੀ ਤੇ ਮਨ ਵਿੱਚ ਭਾਵਨਾ ਰੱਖਣੀ ਜਦੋਂ ਇਹਦੇ ਉੱਤੇ ਸਤਿਗੁਰੂ ਜੀ ਆ ਕੇ ਬੈਠਣਗੇ ਬਿਰਾਜਣਗੇ ਤਦ ਮੇਰੇ ਪੂਰਨ ਸਭ ਕਾਜੇ ਫਿਰ ਮੇਰੇ ਸਾਰੇ ਕੰਮ ਪੂਰੇ ਹੋ ਜਾਣੇ ਮੇਰੇ ਸਾਰੇ ਕਾਰਜ ਸਫਲੇ ਹੋ ਜਾਣੇ ਆ ਜਦੋਂ ਮੇਰੇ ਸਤਿਗੁਰੂ ਜੀ ਆ ਕੇ ਬੈਠੇ ਇਹਦੇ ਉੱਤੇ ਤੂਲ ਸੁਧਾਰੇ ਆਪਣੇ ਹੱਥ ਹਰ ਰੋਜ਼ ਤਲਾਈ ਸਹਰਾਣੇ ਆਪਣੇ ਹੱਥਾਂ ਨਾਲ ਸਾਫ਼ ਕਰਦੀ ਹੈ ਪੁੰਨ ਕਾਤਿਓ ਸੁਖ ਮਹਿੱਤ ਸਾਥ ਫਿਰ ਪੜੇ ਪਿਆਰ ਨਾਲ ਬਰੀਕ ਸੂਤ ਕੱਤਿਆ ਜੀ ਉਹਨੇ ਹਾਂਜੀ ਪ੍ਰੇਮ ਧਾਰ ਸੋ ਬਸਤਰ ਬੁਨਾਵਾ ਤੇ ਕਪੜਾ ਤਿਆਰ ਹੋ ਗਿਆ ਜੀ ਉਹਦਾ ਜੀ ਪਿਆਰ ਵਾਲੇ ਸਾਰੀਆਂ ਹੀ ਤਿਆਰੀਆਂ ਰੱਖਦੇ ਐ ਹਾਂਜੀ ਗੁਰ ਹਿੱਤ ਪੋਸ਼ਿਸ਼ ਸਕਲ ਬਨਾਵਾ ਤੇ ਜਿੱਥੇ ਪਲੰਗਾ ਤਿਆਰ ਕੀਤਾ ਨਾ ਗੁਰੂ ਜੀ ਵਾਸਤੇ ਉੱਥੇ ਸਾਧ ਸੰਗਤ ਗੁਰੂ ਸਾਹਿਬ ਵਾਸਤੇ ਉਹਨੇ ਚੋਲਾ ਵੀ ਤਿਆਰ ਕੀਤਾ ਹਾਂਜੀ ਧੂਪ ਦੀਪ ਪੂਜਾ ਨਿਤ ਕਰੈ ਰੋਜ਼ ਧੂਪ ਦੀਪ ਲਾਉਂਦੀ ਐ ਦੀਵਾ ਜਗਾਉਂਦੀ ਐ ਤੂਫਤ ਖਾਉਂਦੀ ਐ ਦਰਸ਼ਨ ਆਸ ਧਿਆਨ ਪੁੰਨ ਧਰੈ ਤੇ ਦਰਸ਼ਨਾ ਦੀ ਆਸਾ ਹੈ ਕਦੋਂ ਮੇਰੇ ਸਤਿਗੁਰੂ ਜੀ ਆ ਕੇ ਇਸ ਪਲੰਗੇ ਉੱਤੇ ਬੈਠਣਗੇ ਹਾਂਜੀ ਆਰ ਬਲਾ ਮਮ ਭਈ ਬਤੀਤ ਤੇ ਹੁਣ ਇੱਕ ਗੱਲ ਦਾ ਖਦਸ਼ਾ ਹੈ ਬੇ ਬੁੱਢੀ ਹੋ ਗਈਆਂ ਉਮਰ ਮੇਰੀ ਲਗਭਗ ਬਤੀਤ ਹੋ ਚੁੱਕੀ ਐ ਨਿਤ ਪ੍ਰਤ ਵਧ ਹੈ ਗੁਰੂ ਪਗ ਪ੍ਰੀਤ ਪਰ ਕਮਾਲ ਦੀ ਗੱਲ ਐ ਰੋਜ ਗੁਰੂ ਸਹਿਬ ਦੇ ਚਰਨਾਂ ਨਾਲ ਪਿਆਰ ਵੀ ਵੱਧਦਾ ਜਾਂਦਾ ਜਾਵਾਂ ਬੱਲੇ ਹਰ ਜੀ ਮੈਂ ਆਪਣੇ ਗੁਰਾਂ ਤੋਂ ਜਾਵਾਂ ਜਾਵਾਂ ਬੱਲੇਹਾਰ ਜੀ ਮੈਂ ਆਪਣੇ ਗੁਰਤੋਂ ਜਾਵਾਂ ਬੱਲੇਹਾਰ ਜੀ ਮੈਂ ਆਪਣੇ ਗੁਰਤੋਂ ਜਾਵਾਂ ਬੱਲੇਹਾਰ ਜੀ ਮੈਂ ਆਪਣੇ ਗੁਰਤੋਂ ਜਾ ਮੱਲੇ ਹਰ ਜੀ ਮੈਂ ਆਪੜੇ ਗੁਰਾ ਤੋਂ ਜਾ ਮੱਲੇ ਹਰ ਜੀ ਮੈਂ ਆਪੜੇ ਗੁਰਾ ਰੋਜ ਜਿੱਥੇ ਉਮਰ ਵੱਡੀ ਹੋ ਰਹੀ ਉੱਥੇ ਪਿਆਰ ਵੀ ਵੱਡਾ ਹੁੰਦਿਆ ਨਾਲ ਨਾਲ ਹਾਂਜੀ ਕਰੋਨਾ ਕਰ ਗੁਰ ਮਮ ਘਰ ਆਵੇਂ ਮੇਰ ਕਰਕੇ ਗੁਰੂ ਜੀ ਕਦੋਂ ਮੇਰੇ ਘਰ ਆਉਣਗੇ ਇਸ ਪਰਯੰਕ ਪਰ ਬੈਠ ਸੁਹਾਵੇਂ ਮਹਾਰਾਜ ਕਦੋਂ ਇਸ ਪਲੰਗੇ ਉੱਤੇ ਬੈਠਣਗੇ ਪਹਿਰੈ ਪੋਸ਼ਿਸ਼ ਕੋ ਮਮ ਹਾਥ ਤੇ ਮੇਰੇ ਹੱਥਾਂ ਨਾਲ ਪੁਸ਼ਾਕਾ ਪਾਉਣਗੇ ਕਰਹਿ ਅਹਾਰ ਇਹਾ ਗੁਰਨਾਥ ਬਾਕੀ ਉਹ ਧਾਗਾ ਆਪ ਤਿਆਰ ਕੀਤਾ ਸੀ ਨਾ ਵੀ ਮੇਰੇ ਹੱਥਾਂ ਦਾ ਤਿਆਰ ਕੀਤਾ ਪੁਸ਼ਾਕਾ ਕਦੋਂ ਪਾਉਣਗੇ ਕਦੋਂ ਮਹਾਰਾਜ ਆਕੇ ਭੋਜਨ ਛਕਣਗੇ ਲਖ ਕਰ ਗਮਨੇ ਅੰਤਰ ਜਾਮੀ ਤਨ ਮਹਾਰਾਜ ਅੰਤਰ ਜਾਮੀ ਦਿਲਾਂ ਦੀਆਂ ਜਾਣਨ ਵਾਲੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਾਈ ਦਾ ਪ੍ਰੇਮ ਖਿੱਚ ਪਾਉਂਦਾ ਹੈ ਲੀਨਸ ਤਿਸ ਘਰ ਕੋ ਮਗ ਸੁਆਮੀ ਸੱਚੇ ਪਾਸ਼ਾ ਢਾਕੇ ਵਿੱਚ ਆਏ ਕਿਸੇ ਨੂੰ ਨਹੀਂ ਪੁੱਛਿਆ ਸੱਤੇ ਪਾਸ਼ਾ ਸਿੱਧਾ ਉਸ ਮਾਈ ਦੇ ਘਰ ਨੂੰ ਜਾ ਰਹੇ ਹਨ ਜਾਏ ਠਾਂਡ ਭਏ ਤਿਸ ਪੌਰ ਤੇ ਸਾਥ ਸੰਗਤ ਜੀ ਦਰਵਾਜ਼ਾ ਬੰਦ ਹੈ ਔਰ ਇਹ ਦਰਵਾਜ਼ੇ ਦੇ ਸਾਹਮਣੇ ਸੱਚੀ ਸਰਕਾਰ ਜਾ ਕੇ ਖਲੋਗੇ ਜੀ ਉੱਚਾ ਲੰਬਾ ਕੱਦ ਹੈ ਗਾਤਰਾ ਪਾਇਆ ਤਲਵਾਰ ਹੈ ਤੁਨਸ਼ਧਾਰੀ ਸੱਤੇ ਪਾਦਸ਼ਾ ਗੁਰੂ ਤੇਗ ਬਹਾਦਰ ਸਾਹਿਬ ਉਦੇ ਦਰਵਾਜੇ ਦੇ ਸਾਹਮਣੇ ਖਲੋ ਗਏ ਸੁਧ ਭੇਜੀ ਅੰਦਰ ਜਿਸ ਥੌਰ ਅੰਦਰ ਖਬਰ ਭੇਜੀ ਐ ਮਾਈ ਨੂੰ ਮਾਈ ਬਾਦਰ ਨਵੇਂ ਪਾਤਸ਼ਾਹ ਆਏ ਨੇ ਸਿੱਖ ਗਿਆ ਮਾਤਾ ਬਜ਼ੁਰਗ ਸੀ ਵਾ 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 ਉਸ ਮਾਤਾ ਨੂੰ ਸਿੱਖ ਨੇ ਖਬਰ ਦਿੱਤੀ ਮਾਈ ਬਾਦਰ ਨਵੇਂ ਪਾਤਸ਼ਾਹ ਆਏ ਹਨ ਹਰ ਬਰ ਆਏ ਸੁਣ ਤੂਰਨ ਆਈ ਮਾਤਾ ਸਾਧ ਸੰਗਤ ਜੀ ਹਰ ਬੜਾਈ ਹੈ ਬਜ਼ੁਰਗ ਪਰ ਕਾਲੀ ਕਰਦੀ ਹੈ ਛੇਤੀ ਦੇ ਨਾਲ ਬੜੀ ਕਾਲੀ ਕਰਦੀ ਹੋਈ ਉਸੇ ਵੇਲੇ ਸੁਣਦੇ ਅਸਾਰ ਬਾਹਰ ਆਈ ਚਰਨ ਕਮਲ ਗਹਿ ਕਰ ਲਪਟਾਈ ਬਜ਼ੁਰਗ ਮਾਤਾ ਗੁਰੂ ਜੀ ਖਲੋਤੇ ਨੇ ਦਰਵਾਜੇ ਦੇ ਬਾਹਰ ਤੇ ਮਾਤਾ ਸਤ ਗੁਰਾਂ ਦੇ ਚਰਨਾਂ ਨੂੰ ਜਫਾ ਹੀ ਪਾ ਲਿਆ ਆਖ ਵਾਹਿਗੁਰੂ ਵਾਹਿਗੁਰੂ ਕੀ ਕੀਤਾ ਚਰਨਾਂ ਨੂੰ ਜਫਾ ਪਾ ਲਿਆ ਜੀ ਤੇ ਇਹ ਗੱਲ ਕਹਿੰਦੀ ਐ ਅੱਜ ਘਰੀ ਪਰ ਮੈਂ ਬਲਿਹਾਰੀ ਅੱਜ ਦੀ ਘੜੀ ਦੇ ਉੱਤੇ ਮੈਂ ਬਲਿਹਾਰ ਹਾਂ ਬਲਿਹਾਰ ਹਾਂ ਜਿਸ ਤੇ ਪੁਰਵੀ ਆਸ ਹਮਾਰੀ ਭਾਈ ਏਰ ਤੋਂ ਤੇ ਮੇਰੀ ਆਸ ਪੂਰੀ ਹੋ ਗਈ ਅੱਜ ਦੀ ਘੜੀ ਤੇ ਮਾਨੋ ਚਰਨਾ ਨਾਲ ਲਿਪਟੀ ਐ ਬਜ਼ੁਰਗ ਮਾਤਾ ਉੱਚੀ ਉੱਚੀ ਗਾ ਰਹੀ ਐ ਜਾਵਾਂ ਬੱਲੇਹਾਰ ਜੀ ਮੈਂ ਆਪੜੇ ਗੁਰਾਂ ਤੋਂ ਜਾਵਾਂ ਬੱਲੇਹਾਰ ਜੀ ਮੈਂ ਆਪੜੇ ਗੁਰਾਂ ਤੋਂ ਲੱਜ ਕੇ ਜਾਵਾਂ ਬੱਲੇ ਹਾਰ ਜੀ ਮੈਂ ਆਪਨੇ ਗੁਰਾ ਤੋਂ ਜਾਵਾਂ ਬੱਲੇ ਹਾਰ ਜੀ ਮੈਂ ਆਪਨੇ ਗੁਰਾ ਜਾਵਾਂ ਬੱਲੇ ਹਾਰ ਜੀ ਮੈਂ ਆਪਨੇ ਗੁਰਾ ਤੋਂ ਮਾਤਾ ਚਰਨਾਂ ਨੂੰ ਫੜ ਕੇ ਉੱਚੀ ਉੱਚੀ ਕਹਿ ਰਹੀ ਆ ਕਹਿੰਦੀ ਮੈਂ ਅੱਜ ਦੀ ਘੜੀ ਤੋਂ ਬਲਿਹਾਰ ਜਾਵਾਂ ਤਿਸ ਪਰੰਕ ਪਰ ਆਨ ਬਿਠਾਏ ਤੇ ਫਿਰ ਬੇਨਤੀ ਕੀਤੀ ਸਤਿਗੁਰੂ ਅੰਦਰ ਆਓ ਤੇ ਜਿਹੜਾ ਮੰਝਾ ਬਣਾ ਕੇ ਹੀ ਮਹਾਰਾਜ ਵਾਸਤੇ ਰੱਖਿਆ ਸੀ ਔਰ ਇਹ ਉੱਤੇ ਕਦੀ ਨਹੀਂ ਸੀ ਕਿਸੇ ਨੂੰ ਬਹਿਣ ਦਿੱਤਾ ਇਸ ਮੰਝੇ ਤੇ ਗੁਰੂ ਜੀ ਬਹਿਣਗੇ ਉਹ ਸਪਲੰਗੇ ਦੇ ਉੱਤੇ ਬੇਮਤੀ ਕਰਕੇ ਮਹਾਰਾਜ ਨੂੰ ਬਿਠਾਇਆ ਹਰਖਤ ਚਾਰ ਵਸਤਰ ਨਿਕਸਾਏ ਤੇ ਪ੍ਰਸੰਨ ਹੋ ਕੇ ਉਹ ਸੋਹਣਾ ਵਸਤਰ ਕੱਢਿਆ ਆਪਣੇ ਕਰਤੇ ਕਰੇ ਬਨਾਵਨ ਜਿਹੜਾ ਆਪਣੇ ਹੱਥਾਂ ਨਾਲ ਧਾਗਾ ਤਾਂ ਗਾ ਜੋੜ ਕੇ ਬਣਾਇਆ ਸੀਗਾ ਜੀ ਹਾਂਜੀ ਪ੍ਰੇਮ ਸਹਿਤ ਸੋ ਕੀਏ ਪਹਿਰਾਵਨ ਗੁਰੂ ਸਾਹਿਬ ਨੂੰ ਪ੍ਰੇਮ ਨਾਲ ਭੇਟਾ ਕੀਤਾ ਹਾਂਜੀ ਧੂਪ ਦੀਪ ਨਲੀਬੇਦ ਸੁਧਾਰਾ ਧੂਪ ਦੀਪ ਪ੍ਰਸ਼ਾਦ ਬੜੇ ਪਿਆਰ ਨਾਲ ਰੱਖਿਆ ਸੀਗਾ ਜੀ ਕਰ ਪੂਜਨ ਸਤਗੁਰੂ ਉਦਾਰਾ ਨਾਰੀਅਲ ਰੱਖਿਆ ਸੀ ਇਸ ਇਲਾਕੇ ਦੀ ਰੌ ਰੀਤੀ ਸੀ ਕੀ ਜੀ ਆਰਤੀ ਕੀਤੀ ਸੱਚੇ ਪਾਤਸ਼ਾਹ ਜੀ ਦੀ ਮਾਤਾ ਨੇ ਥਾਲ ਚ ਜੋਤ ਰੱਖੀ ਨਾਰੀਅਲ ਰੱਖਿਆ ਤੇ ਆਰਤੀ ਕਰਦੀ ਹੈ ਹਾਂਜੀ ਤਬ ਸੋ ਬਿਰਧਾ ਪਈ ਨਿਹਾਲ ਬਸ ਉਹ ਬਜ਼ੁਰਗ ਮਾਤਾ ਨਿਹਾਲ ਹੋ ਗਈ ਜੀ ਨਿਹਾਲ ਪੁਰਿਓ ਮਨੋਰਥ ਗੁਰੂ ਕਿਰਪਾਲ ਗੁਰੂ ਸਾਹਿਬ ਨੇ ਉਹਦੀ ਇੱਛਾ ਵੀ ਪੂਰੀ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਭਈ ਪ੍ਰੇਮ ਤੇ ਗਦਗਦ ਬਾਣੀ ਐਨਾ ਪ੍ਰੇਮ ਮਾਤਾ ਦੇ ਮਨ ਵਿੱਚ ਆ ਗਿਆ ਮਾਤਾ ਜੀ ਕੋਲੋਂ ਬੋਲਿਆ ਨਹੀਂ ਸੀ ਜਾ ਰਿਹਾ ਜੀ ਨਹਿ ਉਸਤਤ ਮੁਖ ਜਾਏ ਬਖਾਨੀ ਹੁਣ ਤਾਂ ਤਾਰੀਫ ਵੀ ਨਹੀਂ ਕੀਤੀ ਜਾ ਰਹੀ ਇੰਨੀ ਜ਼ਿਆਦਾ ਹੀ ਮਾਤਾ ਨਿਹਾਲ ਹੋਈ ਸੀ ਵੇਖੋ ਖੁਸ਼ੀ ਵਿੱਚ ਬੋਤਾ ਬੋਲਿਆ ਨਹੀਂ ਜਾਂਦਾ ਸਾਹ ਸੰਗਤ ਹੀ ਨੇਤਰਨ ਜਲ ਆਨੰਦ ਭਰ ਆਵਾ ਇੱਛਾ ਪੂਰੀ ਹੋ ਗਈ ਸੱਚੇ ਪਾਤਸ਼ਾਹ ਪਲੰਘੇ ਦੇ ਉੱਤੇ ਬੈਠੇ ਹਨ ਨੇਤਰਾਂ ਚ ਜਲ ਭਰ ਆਇਆ ਹੈ ਹਰ ਖਤਰੰਕ ਮਨ ਹੋ ਧਨ ਪਾਵਾ ਮਨੋ ਕਹੇ ਗਰੀਬ ਬੰਦੇ ਨੂੰ ਬਹੁਤੀ ਖੁੱਲੀ ਮਾਇਆ ਮਿਲ ਗਈ ਹੋਵੇ ਨਾ ਜਿੰਨਾ ਉਹ ਖੁਸ਼ ਹੁੰਦਾ ਔਰੇ ਤੋਂ ਕਿਤੇ ਵੱਧ ਮਾਤਾ ਜੀ ਖੁਸ਼ ਹੋਏ ਹਨ ਜਥਾ ਚੰਦ ਕੋ ਪਿਖਹਿ ਚਕੌਰ ਇੰਜ ਮਾਤਾ ਜੀ ਦਰਸ਼ਨ ਕਰਨਦੇ ਆ ਜਿਵੇਂ ਚੰਦ ਨੂੰ ਚਕੌਰ ਵੇਖਦੀ ਹੈ ਚੰਦ ਚਕੌਰ ਪ੍ਰੀਤ ਹੈ ਲਾਏ ਤਾਰ ਨਿਹਾਲੇ ਇੱਕ ਟਿੱਕੀ ਨਾਲ ਵੇਖਦੀ ਆ ਚਕੌਰ ਇੱਕ ਟੱਕ ਦੇਖਤ ਗੁਰਪਗ ਓਰ ਮਾਤਾ ਇਹ ਨਹੀਂ ਮਹਾਰਾ ਦੇ ਮੁਖ ਹੀ ਵੇਖਦੀ ਹੈ ਨਹੀਂ ਸਤਿਗੁਰਾਂ ਦੇ ਚਰਨਾਂ ਨੂੰ ਵੀ ਵੇਖ ਰਹੀ ਹੈ ਦਰਸ਼ਨ ਕਰ ਰਹੀ ਹੈ कृपा निधान प्रेम तिस हीरा कृपा देख जाने ਧਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਦੋਂ ਉਸ ਮਾਈ ਦਾ ਪ੍ਰੇਮ ਦੇਖਿਆ ਉਮੜਿਓ ਇਨਕੇ ਪ੍ਰੇਮ ਕਨੇਰਾ ਵੀ ਮਾਤਾ ਦੇ ਅੰਦਰ ਤਾਂ ਪ੍ਰੇਮ ਹੀ ਪ੍ਰੇਮ ਹੈ ਪ੍ਰੇਮ ਹੀ ਪ੍ਰੇਮ ਹੈ ਹਾਂਜੀ ਸ਼੍ਰੀ ਮੁਖ ਤੇ ਕਹਿ ਮਦਰ ਸੁਨਾਇਓ ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ ਸਤੇ ਪਾਤਸ਼ਾਹ ਮਹਾਰਾਜ ਆਪ ਆਪਣੇ ਮੁਖ ਤੋਂ ਮਾਤਾ ਨੂੰ ਕਹਿੰਦੇ ਹਨ ਤਵ ਕਾਰਨ ਮੈਂ ਇਸ ਥਲ ਆਇਓ ਮਾਰਾਰ ਕਹਿਣ ਲੱਗੇ ਮਾਤਾ ਜੀ ਤੁਹਾਡੇ ਕਰਕੇ ਹੀ ਇੱਥੇ ਹੈਂ ਆ ਨਹੀਂ ਤੇ ਨਹੀਂ ਸੀ ਆਉਣਾ ਹਾਂਜੀ ਤੋਹੇ ਪ੍ਰੇਮ ਮੇਰੇ ਮਨ ਭਾਇਓ ਤੁਹਾਡਾ ਪ੍ਰੇਮ ਸਾਨੂੰ ਬੜਾ ਹੀ ਚੰਗਾ ਲੱਗਦਾ ਹੈ ਹਾਂ ਪਾਓ ਬਿ ਲੋਕਨ ਕੋ ਲਲਚਾਇਓ ਸਾਡਾ ਵੀ ਲਲਚਾ ਗਿਆ ਅੰਦਰ ਵਾਲਾ ਵੀ ਤੁਹਾਡਾ ਪ੍ਰੇਮ ਦੇਖੀ ਗਏ। ਕਰੇ ਓ ਮਨੋਰਥ ਪੂਰਨ ਹੋਵਾ। ਸੱਚੇ ਪਾਤਸ਼ਾਹ ਕਹਿੰਦੇ ਮਾਤਾ ਜੀ ਜੋ ਤੁਸੀਂ ਫੁਰਨਾ ਬਣਾਇਆ ਉਹ ਮਨੋਰਥ ਤੁਹਾਡਾ ਪੂਰਾ ਹੋ ਗਿਆ ਹੈ। ਸਦ ਨੰਬੇ ਠਾਏ ਮੋਹੇ ਕਹ ਜੋਵਾ। ਤੁਹਾਡੀ ਇੱਛਾ ਸੀ ਮੰंजे ਤੇ ਬੈਠੀਆਂ ਵੇਖਣਾ। ਮਹਾਰਾਜ ਕਹਿੰਦੇ ਉਹ ਇੱਛਾ ਤੁਹਾਡੀ ਪੂਰੀ ਹੋ ਗਈ ਹੈ। ਅਬ ਤੇਰੇ ਉਰ ਲਾਲਸ ਜੋਈ। ਮਾਤਾ ਜੀ ਹੁਣ ਸਮਾ ਹੈ। ਜੇ ਕੋਈ ਇੱਛਾ ਹੈ ਜਾਂਚ ਲਿਹੋ ਮੈਂ ਦੇਵੋਂ ਸੋਈ ਮੰਗ ਲਵੋ ਜੋ ਮੰਗਣਾ ਤੇ ਮੰਗ ਲਵੋ ਦੇ ਦੇਾਂਗੇ ਆਖੋ ਵਾਹਿਗੁਰੂ ਵਾਹ ਖੁਦ ਗੁਰੂ ਜੀ ਕਹਿ ਰਹੇ ਨੇ ਦੇ ਦੇਾਂਗੇ ਸੁਨ ਕਰ ਬਿਰਧਾ ਭਈ ਅਧੀਨ ਬਿਰਧਾ ਮਾਈ ਸੁਣ ਕੇ ਹੋਰ ਅਧੀਨ ਹੋ ਗਈ ਹੋਰ ਨਿਮਰਤਾ ਵਿੱਚ ਆ ਗਈ ਹੱਥ ਜੋਰ ਕਰ ਜਾਚਨ ਕੀਨ ਹੱਥ ਜੋੜ ਲੈ ਹੁਣ ਸੁਣਿਓ ਬੁਲਾਕੀ ਦਾਸ ਦੀ ਮਾਤਾ ਮਹਾਰਾਜ ਕੋਲੋਂ ਕੀ ਮੰਗਦੀ ਹੈ ਰਾਵਰ ਕੋ ਦਰਸ਼ਨ ਨਿਤ ਪਾਵਾਂ ਜਬ ਲਗ ਤਨ ਮਹਿ ਪ੍ਰਾਨ ਬਸਾਵਾਂ ਏ ਸੱਚੇ ਪਾਤਸ਼ਾਹ ਜੇ ਖੁਸ਼ ਹੋ ਕਿਰਪਾ ਕਰੋ ਇਸ ਪਲੰਘੇ ਉੱਤੇ ਬੈਠਿਆਂ ਜਿੰਨਾ ਚਿਰ ਤੱਕ ਮੇਰੇ ਅੰਦਰ ਸਵਾਸ ਨੇ ਮੈਂ ਸਦਾ ਹੀ ਇਸ ਪਲੰਘੇ ਦੇ ਉੱਤੇ ਤੁਹਾਨੂੰ ਬੈਠਿਆਂ ਵੇਖਿਆ ਕਰਾਂ ਦਰਸ਼ਨ ਕਰਾਂ ਇਸ ਪਲੰਗੇ ਉੱਤੇ ਤੁਸੀਂ ਰੋਜ਼ ਹੀ ਬੈਠੇ ਹੋ ਹਾਂਜੀ ਇਹੀ ਆਸ ਮੇਰੀ ਸੋ ਦੀਜੈ ਹੁਣ ਤਾਂ ਮੇਰੀ ਆਸ ਹੀ ਇਹ ਸੱਚੇ ਪਾਤਸ਼ਾਹ ਜੇ ਕਿਰਪਾ ਕਰਨੀ ਹੈ ਤੇ ਆਹ ਕਿਰਪਾ ਕਰਦੇ ਹੋ ਨਿਤ ਦਰਸ਼ਨ ਦੇ ਕਰ ਹਰ ਖੀਜੈ ਰੋਜ਼ ਮੈਨੂੰ ਦਰਸ਼ਨ ਦਿਓਗੇ ਕਿਰਪਾ ਕਰੋਗੇ ਮਾਰਾ ਰੋਜ਼ ਕਿਰਪਾ ਕਰਿਆ ਕਰੋ ਸੁਣ ਅਦਭੁਤ ਬਾਣੀ ਤਸਕੇਰੀ ਹੁਣ ਉਹਦੇ ਪਿਆਰ ਨਾਲ ਭਰੀ ਹੋਈ ਜਦੋਂ ਇਹ ਬਾਣੀ ਮਹਾਰਾਜ ਨੇ ਸੁਣੀ ਕਿਰਪਾ ਦ੍ਰਿਸ਼ਟ ਤੇ ਸਤ ਗੁਰ 헤ਰੀ ਧਨ ਗੁਰੂ ਤੇਗ ਬਹਾਦਰ ਸਾਹਿਬ ਮਾਤਾ ਵੱਲ ਮੇਰ ਦੀ ਨਿਗਾ ਨਾਲ ਦੇਖਦੇ ਹਨ ਹਾਂ ਜੁਰਲਭ ਭਰ ਜਾਚਨ ਕੋ ਕੀਨਾ ਮਾਤਾ ਉਹ ਮਾਤਾ ਜੀ ਤੁਸੀਂ ਤੇ ਬੜਾ ਦੁਰਲਭ ਵਰ ਮੰਗਿਆ ਹੈ ਮੇ ਹੁਣ ਸਦਾ ਪਲੰਘੇ ਦੇ ਉੱਤੇ ਬੈਠੇ ਰਹੀਏ ਕਿਤੇ ਜਾਈਏ ਹੀ ਨਾ ਹੋਰ ਹਾਂਜੀ ਪ੍ਰੇਮ ਦੇਖ ਕਰ ਸੋਮੈ ਦੀਨਾ ਪਰ ਅਸੀਂ ਤੁਹਾਨੂੰ ਬਚਨ ਕਰਤਾ ਤੁਹਾਡਾ ਪ੍ਰੇਮ ਵੇਖ ਕੇ ਤੇ ਹੁਣ ਕੋਈ ਗੱਲ ਨਹੀਂ ਜਿੰਨਾ ਚਿਰ ਤੱਕ ਸਵਾਸ ਹੈ ਨਾ ਹਰ ਰੋਜ਼ ਤੁਹਾਨੂੰ ਇਸ ਪਲੰਘੇ ਤੇ ਬੈਠਿਆਂ ਦੇ ਦਰਸ਼ਨ ਹੋਇਆ ਕਰਨਗੇ ਹਾਂਜੀ ਜਬ ਸ਼ਨਾਣ ਕਰ ਠਨਹ ਧਿਆਨ ਰੋਜ਼ ਸ਼ਨਾਣ ਕਰਕੇ ਧਿਆਨ ਥਾਨ ਕੇ ਇਥੇ ਬੈਠਿਆ ਕਰਿਓ ਤਬ ਉਰ ਦੇਵੋਂ ਦਰਸ਼ਨ ਆਣ ਮਹਾਰਾਜ ਕਹਿਣ ਲੱਗੇ ਫਿਰ ਤੁਹਾਨੂੰ ਸਾਡੇ ਰੂਪ ਦੇ ਹਿਰਦੇ ਚ ਦਰਸ਼ਨ ਹੋਇਆ ਕਰਨਗੇ ਹੁਣ ਵੀ ਦੱਸਦੇ ਉਸ ਪਲੰਘੇ ਦੇ ਉੱਤੇ ਜਿਹੜਾ ਬਹੁਤੇ ਪਿਆਰ ਦੇ ਵਾਹਿਗੁਰੂ ਉਸ ਪਲੰਘੇ ਦੇ ਸਾਹਮਣੇ ਜਿਹੜਾ ਬਹੁਤੇ ਪਿਆਰ ਨਾਲ ਜਾ ਕੇ ਬੈਠੇ ਮਰਿਆਦਾ ਸਹਿਤ ਸਤਿਗੁਰੂ ਜੀ ਅੱਜ ਵੀ ਉਹਨੂੰ ਦਰਸ਼ਨ ਦੇ ਦਿੰਦੇ ਹਨ ਬਸੀ ਪ੍ਰੇਮ ਕੋਇ ਹੋਏ ਗੁਣਖਾਨੀ ਹੁਣ ਭਾਈ ਸੰਤੋਖ ਸਿੰਘ ਜੀ ਕਹਿੰਦੇ ਪਿਆਰਿਓ ਸਤਿਗੁਰੂ ਦੀ ਗੁਣਾ ਦੀ ਖਾਨ ਪ੍ਰੇਮ ਦੇ ਵਸ ਵਿੱਚ ਖਾਨਾ ਹਾਂਜੀ ਦੀਨ ਸਦਾਨ ਜਾਚ ਨਾ ਜਾਣੀ ਉਹਦੀ ਇੱਛਾ ਵੇਖ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨੂੰ ਇਹ ਦਾਤ ਦਿੱਤੀ ਜਮਾਤਾ ਜਦੋਂ ਵੀ ਇਸ਼ਨਾਨ ਕਰਕੇ ਸਾਹਮਣੇ ਬੈਠਿਆ ਕਰੇਗੀ ਤੈਨੂੰ ਸਾਡੇ ਦਰਸ਼ਨ ਹੋਇਆ ਕਰਨਗੇ ਦੇਉ ਆਨੰਦ ਤਿਹ ਸਰਬ ਪ੍ਰਕਾਰ ਹਰ ਤਰ੍ਹਾਂ ਦੇ ਨਾਲ ਉਹਨੂੰ ਸਾਥ ਸੰਗਤ ਦੀ ਆਨੰਦ ਦਿੱਤਾ ਨਿਹਾਲ ਕੀਤਾ ਜਗ ਸਾਗਰ ਤੇ ਕਰਿਓ ਉਧਾਰ ਉਸ ਬਿਰਦਾ ਮਾਈ ਨੂੰ ਫਿਰ ਸੰਸਾਰ ਤੋਂ ਤਾਰ ਵੀ ਦਿੱਤਾ ਤਰਣਾ ਹੀ ਔਖਾ ਹੈ ਹਾਂ ਬੱਡ ਭਾਗਾ ਹਰਖੀ ਬਰ ਪਾਏ ਵਡਿਆਂ ਭਾਗਾ ਵਾਲੀ ਮਾਤਾ ਬਰ ਪਾ ਕੇ ਖੁਸ਼ ਹੋ ਗਈ ਬਾਰ ਬਾਰ ਬਲਿਹਾਰੀ ਜਾਏ ਬਾਰ ਬਾਰ ਬਲਿਹਾਰ ਜਾਂਦੀ ਹੈ ਕੀ ਕਹਿੰਦੀ ਹੈ ਜਾਵਾਂ ਬਲਿਹਾਰ ਜੀ ਮੈਂ ਆਪਨੇ ਗੁਰਾਂ ਤੋਂ ਜਾਵਾਂ ਬਲਿਹਾਰ ਜੀ ਮੈਂ ਆਪਣੇ ਗੁਰਾਂ ਤੋਂ ਜਾਵਾਂ ਬਲਿਹਾਰ ਜੀ ਮੈਂ ਆਪਣੇ ਗੁਰਾਂ ਤੋਂ ਕਹਿੰਦੇ ਬਾਰ ਬਾਰ ਬਲਿਹਾਰੀ ਜਾਏ ਬਾਰ ਬਾਰ ਮਾਤਾ ਬਲਿਹਾਰ ਜਾਂਦੀ ਹੈ ਜਿੰਨ ਕੋ ਪ੍ਰੇਮ ਗੁਰੂ ਮਨ ਮੰਨੇ ਜਿਸ ਕੋ ਪ੍ਰੇਮ ਗੁਰੂ ਮਨ ਮੰਨੇ ਜਿਹਦਾ ਪ੍ਰੇਮ ਸਤਿਗੁਰੂ ਜੀ ਨੂੰ ਪਾ ਜਾਂਦਾ ਹੈ ਕਿਉਂ ਨਾ ਹੋਏ ਤਿਸ ਕੋ ਕਲਿਆਣੇ ਉਹ ਤਾਂ ਕਲਿਆਣ ਕਿਉਂ ਨਹੀਂ ਹੋਏਗਾ ਅਰਦਾਸ ਕਰੋ ਸਾਡਾ ਪ੍ਰੇਮ ਸਤਿਗੁਰੂ ਜੀ ਨੂੰ ਪਾ ਜਾਵੇ ਅਗਲਾ ਪ੍ਰਸੰਗ ਕੱਲ ਨੂੰ ਸਰਵਣ ਕਰਾਂਗੇ ਭੁੱਲਾਂ ਦੀ ਮਾਫੀ ਬਖਸ਼ਿਸ਼ ਕਰਮੀ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ